ਸਤ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਜੀਤ ਸਿੰਘ ਤੇ ਤੁਸੀਂ ਵੇਖ ਰਹੇ ਹੋ ਜੀ ਪੀਟੀਸੀ ਸ਼ੋਕੇਸ ਜਿਹਦੇ ਜ਼ਰੀਏ ਮੈਂ ਤੁਹਾਡੀ ਮੁਲਾਕਾਤ ਕਰਵਾਣਾ ਹਾਂ ਪੰਜਾਬੀ ਫਿਲਮ ਇੰਡਸਟਰੀ ਤੇ ਪੰਜਾਬੀ 뮤직 ਇੰਡਸਟਰੀ ਦੀਆਂ ਮਾਇਨਾਜ਼ ਹਸਤੀਆਂ ਦੇ ਨਾਲ ਐਂਡ ਫਰੈਂਡਸ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਦਾ ਅਪਕਮਿੰਗ ਪੰਜਾਬੀ ਮੂਵੀ ਦਿਲਦਾਰੀਆਂ ਦੀ ਡੈਸ਼ਿੰਗ ਸਟਾਰ ਕਾਸ ਦੇ ਨਾਲ ਦਾ ਕਾਮੇਡੀ ਕਿੰਗ ਬੀਨੋ ਟੈਲੋ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਐਂਗਰੀ ਯੰਗ ਮੈਨ ਗੁੱਗੂ ਗਿਲਜੀ ਤੇ ਨਾਲ ਦੀ ਨਾਲ ਦਾ ਵੈਰੀ ਟੈਲੈਂਟਡ ਐਂਡ ਯੰਗ ਡਾਇਰੈਕਟਰ ਪੰਕਜ ਪਤਰਾ ਜੀ ਆਫਿਰ ਕਰਦੇ ਆਂ ਉਹਨਾਂ ਨਾਲ ਖਾਸ ਮੁਲਾਕ ਤਾਰੀਆਂ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਸ਼ੋਅ ਪੀਟੀਸੀ ਸ਼ੋਅ ਗੈਸ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਹਾਂ ਜੀ ਫੰਕਜ ਬਤਰਾ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਹੀ ਤੁਸੀਂ ਪਹਿਲਾਂ ਵੀ ਪੰਜਾਬੀ ਜਿਹੜੀ ਆਪਣੀ ਇੰਡਸਟਰੀ ਹੈਗੀ ਆ ਉਹਦੇ ਲਈ ਇੱਕ ਵੱਖਰੀ ਤਰ੍ਹਾਂ ਦੀ ਕਾਮੇਡੀ ਲੈ ਕੇ ਆ ਤੇ ਸੁਪਰ ਡੂਪਰ ਹਿੱਟ ਫਿਲਮ ਗਈ ਆ ਗੋਰੇਨ ਦਫਾ ਕਰੋ। ਉਹ ਵੀ ਬਹੁਤ ਫਨਵਾਰਕਾ। ਥੈਂਕ ਯੂ ਜੀ ਥੈਂਕ ਯੂ। ਤੇ ਜੇ ਗੱਲ ਕਰੀਏ ਸਟਾਰਟਿੰਗ ਦੀ ਤੁਸੀਂ ਮਤਲਬ ਵਿਰਸਾ ਵਰਗੀ ਇੱਕ ਸੈਂਸਿਟਿਵ ਫਿਲਮ ਵੀ ਦਿੱਤੀ ਆ। 40 ਜੱਟਸ ਤੇ ਗੋਰੇਨ ਦਫਾ ਕਰੋ ਵਰਗੀ ਇੱਕ ਕਾਮੇਡੀ ਜਨਰ ਦੀ ਫਿਲਮ ਸੁਪਰ ਡੂਪਰ ਹਿੱਟ ਫਿਲਮ ਦਿੱਤੀ ਆ। ਤੇ ਹੁਣ ਦਿਲਦਾਰੀਆਂ ਫਿਰ ਕਿੱਦਾਂ ਦੀ ਫਿਲਮ ਲੈ ਕੇ ਆ ਰਹੇ ਆ। ਦਿਲਦਾਰੀਆਂ ਵੀ ਜਿੱਦਾਂ ਕਿ ਮੇਰੀ ਹਮੇਸ਼ਾ ਸ਼ੁਰੂ ਤੋਂ ਇੱਕ ਕੋਸ਼ਿਸ਼ ਰਹੀ ਹੈ ਕਿ ਜਿੰਨੀ ਵੀ ਸਾਡੀ ਆਡੀਅנס ਆਏ ਉਹ ਇੱਕ ਐਂਟਰਟੇਨ ਹੋ ਕੇ ਜਾਏ ਪਲੱਸ ਨਾਲ ਕੋਈ ਇੱਕ ਇੰਟਰਸਟਿੰਗ ਜਿਹਾ ਮੈਸੇਜ ਹੋਵੇ ਸੋ ਦਿਲਦਾਰੀਆਂ ਵੀ ਉਸੀ ਕਿਸਮ ਦੀ ਫਿਲਮ ਹੈ ਫੈਮਿਲੀ ਫਿਲਮ ਹੈ ਜੀ ਸਾਰੇ ਮਤਲਬ ਬੱਚਿਆਂ ਤੋਂ ਲੈ ਕੇ ਬੁੜਿਆਂ ਤੱਕ ਜੋ ਵੀ ਜਾਏਗਾ ਬਹੁਤ ਜ਼ਿਆਦਾ ਇੰਜੋਏ ਕਰਨਗੇ ਹਾਂ ਸੋ ਪਿਕਚਰ ਦੀ ਕਹਾਣੀ ਬੜੀ ਇੰਟਰਸਟਿੰਗ ਸੋਚਤੇ ਹੈ ਇੱਕ ਪਿਆਰਤੀ ਦੇ ਰਿਲੇਸ਼ਨਸ ਨੂੰ ਅੱਗੇ ਲੈ ਜਾਂਦੇ ਹੋਏ ਕਿੱਦਾਂ ਔਰ ਅਗੇ ਰਿਲੇਸ਼ਨਸ਼ਿਪਸ ਆਂਦੇ ਔਰ ਬੜੇ ਕਮਰਸ਼ਲ ਵੇ ਨਾਲ ਕਿਦਾਂ ਇੱਕ ਲਵ ਸਟੋਰੀ ਆਂਦੀ ਹੈ ਜਿਦਾ ਜਿਸੀ ਕਿ ਸਾਡੇ ਹੀਰੋ ਹੈ ਸੋ ਉਹਨਾਂ ਦੀ ਜਿਹੜੀ ਇੱਕ ਇਮੇਜ ਹੈ ਉਹਨੂੰ ਕਿਦਾਂ ਆਪਾਂ કેરી ਫਾਰਵਰਡ ਕੀਤਾ ਬੀਨੂ ਕਾ ਜੀ ਹੈ ਕੋਗੂ ਸਰ ਹੈ ਸੋ ਇਹ ਸਾਰੇ ਸੀਨੀਅਰਸ ਆ ਸਭ ਦੇ ਬਹੁਤ ਵਧੀਆ ਰੋਲ ਹੈ ਸੋ ਮੇਰੀ ਕੋਸ਼ਿਸ਼ ਇਹ ਹੀ ਰਹੀ ਹੈ ਕਿ ਔਡੀਅেন্স ਪੂਰੇ ਤਰੀਕੇ ਨਾਲ ਐਂਟਰਟੇਨ ਹੋ ਕੇ ਜਾਏ ਤੇ ਨਾਲ ਇੱਕ ਵਧੀਆ ਮੈਸੇਜ ਲੈ ਕੇ ਜਾਏ ਉਮੀਦ ਅਸੀਂ ਵੀ ਰੱਖਦੇ ਆ ਕਿ ਪਹਿਲਾਂ ਵਾਲੀਆਂ ਫਿਲਮਾਂ ਵਾਂਗ ਇਹ ਵੀ ਸੁਪਰ ਡੂਪਰ ਹਿੱਟ ਜਾਵੇ ਜੀ ਜ਼ਰੂਰੀ ਮਿਹਨਤ ਕੰਮ ਆਏ ਕਿ ਨਹੀਂ ਗਗੂ ਗਿਲ ਸਰ ਤੇ ਇਹਨਾਂ ਨੇ ਕਿਹਾ ਤਾਂ ਹੈਗਾ ਸੀਨੀਅਰ ਹੈਗੇ ਨੇ ਪਰ ਇਹ ਤਾਂ ਕਦੇ ਸੀਨੀਅਰ ਲੱਗੇ ਨਹੀਂ ਹੈਗੇ ਨਹੀਂ ਮੰਨਣਾ ਤਾਂ ਚਾਹੀਦਾ ਹੀ ਹੈ ਐਕਸਪੀਰੀਅੰਸ ਵਿੱਚ নো ਡਾਊਟ ਸੀਨੀਅਰ ਨੇ ਬਾਬਾ ਬੋੜ ਕਹਿਣ ਦਾ ਜੀ ਕਰ ਰਿਹਾ ਹੈਗੇ ਵੀ ਨੇ ਪਰ ਬਾਬਾ ਬੋੜ ਲੱਗਦੇ ਨਹੀਂ ਹੈਗੇ ਇਹ ਤਾਂ ਵਾਕਈ ਬੜੀ ਮਿਹਰਬਾਨੀ ਤੁਸੀਂ ਇੰਨੀ ਇਜ਼ਤ ਦਿੰਦੇ ਜੀ ਨਹੀਂ ਤੁਸੀਂ ਵਾਕਈ ਪੰਜਾਬੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਦੀ ਆਪਣੀ ਐਕਟਿੰਗ ਰਾਹੀਂ ਤੇ ਤੁਹਾਡੀ ਸਿਹਤ ਜਿਹੜੀ ਹੈ ਉਹਨੂੰ ਦੇਖ ਕੇ ਅੱਜ ਵੀ ਜਿਹੜਾ ਯੂਥ ਹੈ ਉਹ ਅੱਜ ਵੀ ਨਰਜੈਟਿਕ ਫੀਲ ਕਰਦਾ ਹੈ ਕਿ ਅਸੀਂ ਵੀ ਇਹਨਾਂ ਵਰਗੇ ਬਣੀਏ ਕਿ ਨਹੀਂ ਸ਼ੁਕਰੀਆ ਜੀ ਤੇ ਤੁਹਾਨੂੰ ਹਮੇਸ਼ਾ ਇੱਕ ਦਮਦਾਰ ਰੋਲ ਵਿੱਚ ਦੇਖਣਾ ਆਡੀਅנס ਪਸੰਦ ਕਰਦੀ ਹੈ ਜੀ ਇਸ ਫਿਲਮ ਦੇ ਵਿੱਚ ਦਿਲਦਾਰੀਆਂ ਦੇ ਵਿੱਚ ਕਿਹੋ ਜਿਹਾ ਰੋਲ ਹੈ ਜੀ ਤੁਹਾਡਾ ਅ ਦਿਲਦਾਰੀਆਂ ਦੇ ਵਿੱਚ ਵੀ ਇੱਕ ਤਰ੍ਹਾਂ ਦਮਦਾਰੀ ਕਹਿ ਸਕਦੇ ਹਾਂ ਕਿਉਂਕਿ ਦਮਦਾਰ ਦੇ ਕਈ ਤਰੀਕੇ ਹੁੰਦੇ ਐ ਇੱਕ ਜਿਸ ਤਰ੍ਹਾਂ ਪਿੰਡੂ ਜੱਟ ਹੌਸਲਾਮੰਦ ਹੁੰਦੇ ਐ ਔਰ ਜਿਹੜਾ ਕੰਮ ਵੀ ਕਰਨਾ ਬੇਸ਼ੱਕ ਉਹਨਾਂ ਨੇ ਲੜਾਈ ਲੜਨੀ ਹੈ ਬੇਸ਼ੱਕ ਵਾਈ ਖੇਤੀ ਕਰਨੀ ਹੈ ਉਹ ਜੋ ਵੀ ਕੰਮ ਕਰਦੇ ਹੌਸਲੇ ਜੀ ਨਾਲ ਕਰਦੇ ਆ ਉਸ ਤਰ੍ਹਾਂ ਦਾ ਕਿਰਦਾਰ ਹੈ ਮੇਰਾ ਔਰ ਸਾਡੀ ਹੀਰੋਇਨ ਸਾਗ੍ਰਿਕਾ ਜੀ ਉਹ ਮੇਰੀ ਬੇਟੀ ਦਾ ਰੋਲ ਅਦਾ ਕਰ ਰਹੇ ਨੇ ਓਕੇ ਔਰ ਇਸ ਤਰ੍ਹਾਂ ਦਾ ਕਰੈਕਟਰ ਉਹ ਪੁਰਾਣਾ ਆਨੰਦ ਲਿਆ ਜੀ ਫਿਰ ਕਰੈਕਟਰ ਬਹੁਤ ਬਹੁਤ ਲਤਫਾਇਆ ਮੈਂ ਇਹਨਾਂ ਦੀ ਫਿਲਮ ਵੇਖੀ ਸੀ ਗੋਰਿਆਂ ਨੂੰ ਦਫਾ ਕਰੋ ਹਾਂਜੀ ਤਾਂ ਮੇਰੇ ਮਨ ਚ ਇਹ ਸੀ ਕਿ ਬਹੁਤ ਵਧੀਆ ਡਾਇਰੈਕਟਰ ਇਹਨਾਂ ਨਾਲ ਕਦੇ ਕੰਮ ਕਰੀਏ ਇਤਫਾਕ ਕਾਨੂੰਨਾਂ ਦੇਣਾ ਚੀ ਪ੍ਰੋਗਰਾਮ ਬਣ ਗਿਆ ਤੇ ਬੜੀ ਅੱਛੀ ਫਿਲਮ ਬਣੀ ਹੈ ਬਿਲਕੁਲ ਚੰਗੀ ਹੈ ਸਾਨੂੰ ਬਿਲਕੁਲ ਉਮੀਦਾਂ ਸਾਰਿਆਂ ਨੂੰ ਜੀ ਦੇ ਹੁਣ ਆਪਾਂ ਸੈਂਟਰਲ ਹੈ ਉਹ ਵੀ ਵੈਟੇ ਵੀ ਸੈਂਟਰ ਦੇ ਵਿੱਚ ਇਹ ਇਹ ਵਾਕਿਆ ਇੱਥੇ ਮੈਂ ਗੱਲ ਭਾਜੀ ਪੰਕਜ ਭਾਜੀ ਗੁੱਗੂ ਜੀ ਨਾਲ ਕਰਨੀ ਚਾਹੂੰਗਾ ਜਦੋਂ ਸਿਨੇਮਾ ਦੇ ਫਿਲਮ ਲੱਗਦੀ ਹੈ ਤੇ ਪਹਿਲਾਂ ਇੱਕ ਟਾਈਮ ਸੀਗਾ ਵੀ ਅੱਜ ਵੀ ਹੁੰਦਾ ਵੀ ਹੀਰੋ ਦੀ ਐਂਟਰੀ ਤੇ ਸੀਟੀਆਂ ਵੱਜਦੀਆਂ ਨੇ ਪਰ ਇਹ ਸ਼ਖਸ ਪਹਿਲੇ ਨੇ ਜਿਨ੍ਹਾਂ ਦੇ ਇਹਨਾਂ ਦੀ ਐਂਟਰੀ ਤੇ ਸੀਟੀਆਂ ਵੱਜਦੀਆਂ ਨੇ ਜੀ ਕੋਈ ਸ਼ੱਕ ਨਹੀਂ ਹੈਗਾ ਜੀ ਬਹੁਤ ਵਧੀਆ ਆਰਟਿਸਟ ਹੈ ਵਾਕਿਆ ਜੀ ਵਾਕਿਆ ਤੇ ਪੰਜਾਬੀ ਇੰਡਸਟਰੀ ਨੂੰ ਪੂਰੀ ਨੁਮਾਨ ਹੈ ਜੀ ਤੇ ਤੁਹਾਡੀ ਕਾਮੇਡੀ ਤੇ ਤਾਂ ਕੀ ਗੱਲ ਕਰੀਏ ਮਤਲਬ ਕਾਮੇਡੀ ਟਾਈਮਿੰਗਸ ਦੀ ਖਾਸ ਤੌਰ ਤੇ ਕਿਹਨੇ ਹਮੇਸ਼ਾ ਹਰੇਕ ਨਸਰ ਆਇਆ ਤੁਸੀਂ ਕੰਮ ਮਤਲਬ ਬਹੁਤ ਬਾਕਮਾਲ ਕੰਮ ਕੀਤਾ ਹਮੇਸ਼ਾ ਇਹਦੇ ਵਿੱਚ ਕਿਦਾਂ ਐਂਟਰੇਨ ਕਰ ਰਹੇ ਹੋ ਫਿਰ ਸਾਰਿਆਂ ਨੂੰ ਬਹੁਤ ਵਧੀਆ ਜੀ ਡਿਫਰੈਂਟ ਕੈਰੈਕਟਰ ਹੈ ਜੀ ਗੁੱਗੂ ਭਾਜੀ ਨੇ ਕਿਉਂਕਿ ਜਦੋਂ ਤੁਹਾਡਾ ਸੀਨੀਅਰ ਕਿਉ ਭਾਜੀ ਹੁਣੋਂ ਦੇਖ ਕੇ ਹਨਾ ਸਾਡੇ ਰੋਲ ਮਾਡਲ ਹੈ ਜਿੱਦਾਂ ਤੁਸੀਂ ਕਿਹਾ ਹੈ ਸਿਹਤ ਵਾਲੇ ਪਾਸੇ ਵੀ ਬਾਬਾ ਸਿਹਤ ਜਾਬੀ ਬਖਸ਼ੇ ਇਹਨਾਂ ਨੂੰ ਇਦਾਂ ਦਾ ਤੁਹਾਡਾ ਇਮੀਡੀਏਟ ਬੋਸ ਹੁੰਦਾ ਹੈ ਡਾਇਰੈਕਟਰ ਹਨਾ ਜੀ ਸਾਉ ਤੋਂ ਪਹਿਲਾਂ ਜਦੋਂ ਕੋਈ ਵੀ ਐਕਟਰ ਕੋਈ ਸੀਨ ਕਰਦਾ ਜਾਂ ਉਹ ਕਰਦਾ ਤੁਸੀਂ ਇਮੀਡੀਏਟਲੀ ਜੋ ਕੱਟ ਕਰਦੇ ਹੋ ਤਾਂ ਸਿੱਧਾ ਪਹਿਲਾਂ ਡਾਇਰੈਕਟਰ ਦੇ ਅੱਖਾਂ ਚੱਕ ਪੈਂਦੀ ਵੀ ਉਹ ਸੈਟੀਸਫਾਈ ਹੈਗਾ ਕਿ ਨਹੀਂ ਸਹੀ ਗੱਲ ਹੈ ਹੈਨਾ ਜੀ ਬਿਲਕੁਲ ਬਿਲਕੁਲ ਇਮੀਡੀਏਟ ਬੋਸ ਹੋਇਆ ਉਸ ਤੋਂ ਬਾਅਦ ਆਡੀਅנס ਕੋਲੇ ਆਉਂਦੀ ਹੈ ਬਣ ਕੇ ਫਿਲਮ ਤਾਂ ਪਹਿਲਾਂ ਤਾਂ ਇਧਰ ਹੀ ਦੇਖੀਦਾ ਹੁੰਦਾ ਸੀਗਾ ਹਨਾ ਸਾਡੀ ਟਾਈਮਿੰਗ ਬੌਂਡਿੰਗ ਬੜੀ ਅੱਛੀ ਹੈ ਕਿਉਂਕਿ ਦੋ ਤਿੰਨ ਮੂਵੀਜ਼ ਕਰ ਲਈਆਂ ਭਾਈ ਜੀ ਨਾਲ ਤੇ ਭਾਜੀ ਹੁਣੀ ਨਾਲ ਸੀਗੇ ਇਹਨਾਂ ਨੇ ਸਰਾਇਆ ਕਿ ਥਾਪੀ ਮਿਲਦੀ ਹੈ ਵੀ ਵੈਰੀ ਗੁੱਡ ਬੱਚਾ ਜੋ ਘਰੋਂ ਥਾਪੀ ਮਿਲਦੀ ਤਾਂ ਬੱਚਾ ਹੋਰ ਛਾਲ ਮਾਰਦਾ ਹਨਾ ਕੇ ਤੇ ਕਾਫੀ ਕੁਝ ਸਿੱਖਣ ਨੂੰ ਮਿਲਦੇ ਤੇ ਇਹ ਡਿਫਰੈਂਟ ਕਰੈਕਟਰ ਹੈ ਜੀ ਇੱਕ ਇੱਕ ਕਨੈਕਟਰ ਆ ਮੈਂ ਇਹਦੇ ਵਿੱਚ ਕਰੈਕਟਰ ਦਾ ਕਰੈਕਟਰ ਹੈ ਜੀ ساری ਉਮਰ ਬਸਾਂ ਚ ਹੀ ਰਹੇ ਆ ਜੀ ਤਾਂ ਉੱਥੋਂ ਦੀ ਅਬਜ਼ਰਵੇਸ਼ਨ ਆ ਇੱਕ ਕਰੈਕਟਰ ਫਾਲੋ ਕੀਤਾ ਜੀ ਮੈਂ ਇੱਕ ਚਾਕੇ ਜੀ ਉਹਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡਾ ਰੱਬ ਸਾਡੇ ਪਰਮਾਤਮਾ ਆਡੀਅנס ਹੈ ਜੀ ਉਹਨਾਂ ਨੇ ਦੱਸਣਾ ਵੀ ਕਿੰਨੇ ਕ ਭਾਗ ਸਾਨੂੰ ਲਾਉਣੇ ਆ ਇਸ ਚੀਜ਼ ਨੂੰ ਮਿਹਨਤ ਕੀਤੀ ਹੈ ਸਾਰਿਆਂ ਨੇ ਬਹੁਤ ਵਧੀਆ ਸਬਜੈਕਟ ਹੈਗਾ ਜੀ ਲਾਈਟ ਹੈਟਿਡ ਮੂਵੀ ਹੈ ਤੇ ਸਾਰਿਆਂ ਨੇ ਬਾਕਮਾਲ ਕੰਮ ਕੀਤਾ ਜੀ ਪੰਖਜ ਬਾਜੀ ਇਹਦੇ ਵਿੱਚ ਜੱਸੀ ਗਿੱਲ ਸਾਗਰੀ ਕਾ ਹੈਗੇ ਨੇ ਜਿਹਨੇ ਪਾਲੀਵੁੱਡ ਤੋਂ ਪਹਿਲੀ ਦਫਾ ਆ ਕੇ ਪੰਜਾਬੀ ਫਿਲਮ ਕਰਨ ਲੱਗਿਆ ਹੋਣੇ ਤੇ ਇਹ ਦੋ ਮਹਾਨ ਹਸਤੀਆਂ ਹੈਗੀਆਂ ਨੇ ਫਿਲਮ ਦੇ ਵਿੱਚ ਜੀ ਤਾਂ 올 ਇਨ 올 ਕਿਹੋ ਜਿਹਾ ਐਕਸਪੀਰੀਅੰਸ ਸਾਰੇ ਨਾਲ ਰੜ ਕੇ ਇਕੱਠੂ ਇਕੱਠਾ ਜਿਹਾ ਐਕਸਪੀਰੀਅੰਸ ਆਪਾਂ ਗ੍ਰੀੜਿਆ ਦਾ ਕਿੱਦਾਂ ਦਰਿਆ ਨਹੀਂ ਮੇਰੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਸਭ ਦੀ ਇੱਕ ਕਮਿਊਨੀਕੇਸ਼ਨ ਬਹੁਤ ਵਧੀਆ ਹੋਵੇ ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਸਕਰੀਨ ਤੇ ਫਿਲਮ ਦੇਖਣ ਜਾਂਦੇ ਹੋ ਤਾਂ ਸਭ ਦੀ ਕੈਮਿਸਟਰੀ ਦਿਖਣੀ ਚਾਹੀਦੀ ਹੈ ਐਜ਼ ਇਨ ਡਾਇਰੈਕਟਰ ਮੇਰਾ ਥੋੜਾ ਫਰਜ ਵੀ ਬੰਦਾ ਹੈ ਕਿ ਐਕਟਰਸ ਦੀ ਆਪਣੀ ਕੈਮਿਸਟਰੀ ਗਗੂ ਜੀ ਦੀ ਬਾਕੀ ਐਕਟਰਸ ਦੇ ਨਾਲ 익ਸਪੀਰੀਐਂਸਡ ਹੈ ਆਏ ਹੈ ਬੀਰੂ ਭਾਜੀ ਦਾ ਇੱਕ ਆਪਣਾ ਸਟਾਈਲ ਹੈ ਹਾਂਜੀ ਉਹ ਥੋੜੀ ਕੁੜੀ ਨਵੀਂ ਨਵੀਂ ਪੰਜਾਬ ਚ ਆਈ ਹੈ ਸੋ ਉਹਨੂੰ ਥੋੜਾ ਜਿਆ ਰਿਲੈਕਸ ਕਰਕੇ ਕੌਨਫੀਡੈਂਟ ਕਰਕੇ ਬਾਕੀ ਉਹ ਡੈਫੀਨਿਟਲੀ ਐਕਟ੍ਰੈਸ ਬਹੁਤ ਅੱਛੀ ਹੈ ਉਹਨੂੰ ਆਪ ਨੂੰ ਬੜੀ ਵਧੀਆ ਸੈਂਸਿਬਿਲਟੀ ਹੈ ਉਹਨੂੰ ਆਪਣਾ ਕੰਮ ਆਂਦਾ ਹੈ ਓਕੇ ਉਹਨੇ ਬਹੁਤ ਵਧੀਆ ਫਿਲਮਾਂ ਕੀਤੀਆਂ ਚੱਕ ਦੇ ਵਰਗੀ ਪਿੱਛੜ ਕੀਤੀ ਹੈ ਸੋ ਸਭ ਤੋਂ ਇੰਪੋਰਟੈਂਟ ਗੱਲ ਸੀ ਕਿ ਉਹ ਕੈਰੈਕਟਰ ਚ ਬਹੁਤ ਸੂਟ ਕੀਤੀ ਹੈ ਜਦੋਂ ਤੁਸੀਂ ਪਿੱਕਚਰ ਦੇਖੋਗੇ ਤੁਹਾਨੂੰ ਕਿਤੇ ਵੀ ਇਹ ਗੱਲ ਨਹੀਂ ਲੱਗੇਗੀ ਕਿ ਉਪਾਲੀ ਦਾ ਕਰੈਕਟਰ ਨਿਭਾਉਣ ਚ ਮਤਲਬ ਅਸਫਲ ਰਹੀ ਹੈ ਤੇ ਗੱਗੂ ਬਾਜੀ ਤੁਸੀਂ ਪਹਿਲੀ ਦਫਾ ਕੰਮ ਕੀਤਾ ਜੀ ਆਪਣਾ ਫੰਗਸ ਭਾਈ ਨਾਲ ਤਾਂ ਇੱਕ ਯੰਗ ਬਡਿੰਗ ਤੇ ਸੁਪਰ ਹਿੱਟ ਡਾਇਰੈਕਟਰ ਹੈਗੇ ਨੇ ਸਾਡੇ ਤਾਂ ਕਿਹੋ ਜਿਹਾ ਇਹਨਾਂ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਜੀ ਕਿ ਮੇਰੇ ਖਿਆਲ ਦੇ ਵਿੱਚ ਸਾਡੀ ਇੰਡਸਟਰੀ ਦੇ ਵਿੱਚ ਚੰਦ ਬਿਹਤਰੀਨ ਡਾਇਰੈਕਟਰਸ ਵਿੱਚ ਉਹ ਇਹਨਾਂ ਦਾ ਨਾਮ ਆ ਜਾਂਦਾ ਹੈ ਬਿਲਕੁਲ ਔਰ ਅਸੀਂ ਤਾਂ ਖੈਰ ਕੀ ਡਾਇਰੈਕਸ਼ਨ ਬਾਰੇ ਜਾਣਦੇ ਹੀ ਨਹੀਂ ਕੁਛ ਲੇਕਿਨ ਇਹਨਾਂ ਨੇ ਜਿਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਉਸ ਤੋਂ ਆਈਡੀਆ ਲੱਗਦਾ ਕਿ ਕਿड्डे ਅੱਛੇ ਡਾਇਰੈਕਟਰ ਨੇ ਔਰ ਇਸ ਫਿਲਮ ਚ ਵੀ ਇਹਨਾਂ ਨੇ ਚਾਰ ਚੰਦ ਲਾਏ ਇਸੇ ਤਰ੍ਹਾਂ ਬਹੁਤ ਮਿਹਨਤੀ ਹੈ ਔਰ ਵੱਡਾ ਇਹਨਾਂ ਚ ਇੱਕ ਗੁਣ ਹੈਗਾ ਜਿਹੜਾ ਫਿਲਮ ਮੇਕਿੰਗ ਦੌਰਾਨ ਸਾਰਿਆਂ ਨਾਲ ਇੱਕ ਅਜੀਬ ਕਿਸਮ ਦਾ ਹਾਸਾ ਖੇਡਾ ਜਾ ਵੀ ਰੱਖਦੇ ਔਰ ਬੜੇ ਸincerely ਆਪਣੇ ਕੰਮ ਨੂੰ ਨੋਟ ਰੱਖਦੇ ਆ ਓਕੇ ਇਹ ਤੇ ਵੀ ਐ ਨਹੀਂ ਲੱਗਦਾ ਕਿ ਇਹਨਾਂ ਦੀ ਆਖੋ ਪਾਸੇ ਕੋਈ ਵੀ ਕੰਮ ਲੇਕਿਨ ਐ ਲੱਗਦਾ ਵੀ ਇਹ ਤਾਂ ਉਧਰ ਗਏ ਸੀ ਉਧਰ ਕੁਝ ਨਾ ਗੱਲ ਕਰ ਰਹੇ ਸੀ ਓਕੇ ਪਰ ਲੋ ਇਹ ਖੋਬੀ ਹੈ ਇਹਨਾਂ ਦੀ ਸੋ ਦੋਸਤੋ ਪੰਜਾਬੀ ਇੰਡਸਟਰੀ ਦੇ ਫਿਲਮ ਇੰਡਸਟਰੀ ਦੇ ਇਹਨਾਂ ਤਿੰਨ ਦਿਗਜਾਂ ਨਾਲ ਮੁਲਾਕਾਤ ਦਾ ਜਿਹੜਾ ਸلسਲਾ ਇਹ ਜਾਰੀ ਰਹੇਗਾ ਤੇ 9 ਅਕਤੂਬਰ ਨੂੰ ਯਾਦ ਰੱਖਿਓ ਇਹ ਡੇਟ 9 ਅਕਤੂਬਰ ਨੂੰ ਦਿਲਦਾਰੀਆਂ ਰਿਲੀਜ਼ ਹੋ ਰਹੀ ਹੈ ਇਹਦੇ ਬਾਰੇ ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਇੱਕ ਨਿੱਕੀ ਜਿਹੀ ਆਪਾਂ ਬ੍ਰੇਕ ਲੈਂਦਾ ਫਿਰ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਬੇਲੀਓ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੀਟੀਸੀ ਸ਼ੋਅ ਕੇ ਤੁਸੀਂ ਵੇਖ ਰਹੇ ਹੋ ਤੇ ਮੁਲਾਕਾਤ ਅੱਜ ਆਪਾਂ ਕਰ ਰਹੇ ਹਾਂ ਜੀ ਦਿਲਦਾਰੀਆਂ ਫਿਲਮ ਦੀ ਜ਼ਬਰਦਸਤ ਸਟਾਰ ਕਾਸਟ ਦੇ ਨਾਲ ਤੇ ਅੱਛਾ ਆਪਾਂ ਹੁਣ ਦੇ ਪੰਕਜ ਭਾਜੀ ਜਸਸੀ ਗਿੱਲ ਭਾਜੀ ਤੇ ਸਾਗਰੀਕਾ ਦੀ ਖਾਸ ਤੌਰ ਤੇ ਗੱਲ ਕਰੀ ਜਸਸੀ ਗਿੱਲ ਭਾਈ ਯਾਰ ਅੱਗੇ ਆਪਾਂ ਗੱਲ ਕਰਾਂਗੇ ਪਹਿਲਾਂ ਸਾਗਰੀਕਾ ਬਾਰੇ ਜੀ ਤੇ ਕਿੰਨੇ ਕ ਐਫਰਟਸ ਤੁਹਾਨੂੰ ਕਰਨੇ ਪਏ ਉਹਨਾਂ ਦੇ ਉੱਤੇ ਐਕਟ੍ਰੈਸ ਤਾਂ ਉਹਨਾਂ ਨੇ ਕੰਮ ਕੀਤਾ ਹੋ ਐਕਸਪੀਰੀਅੰਸ ਹੈਗੇ ਨੇ ਪਰ ਪੰਜਾਬੀ ਉਹ ਵੀ ਠੇਠ ਪੰਜਾਬੀ ਤੁਸੀਂ ਬੁਲਵਾਈ ਜੀ ਬਠਿੰਡੇ ਵਾਲੀ ਜਿਹੜੀ ਉੱਧਰ ਦਾ ਆਪਣਾ ਪਾਰਟ ਵੀ ਸ਼ੂਟ ਕਰਾਇਆ ਤੇ ਕਿੰਨਾ ਕੁ ਉਹਨਾਂ ਦੇ ਉੱਤੇ ਵਰਕਸ਼ਾਪਸ ਕਰਦੇ ਨੇ ਲੈ ਡੈਫੀਨੇਟਲੀ ਕਿਉਂਕਿ ਉਹਨਾਂ ਦੀ ਪੰਜਾਬੀ ਥੋੜਾ ਜਿਹਾ ਜਿੱਦਾਂ ਸੀਗੀ ਸੋ ਉਹਨਾਂ ਨੂੰ 2 ਮਹੀਨੇ ਦੀ ਇੱਕ ਵਰਕਸ਼ਾਪ ਥੋੜਾ ਜਿਹਾ ਉਸ ਲੈਂਗੁਏਜ ਤੋਂ ਜ਼ਿਆਦਾ ਇੰਪੋਰਟੈਂਟ ਸੀਗਾ ਉਹਨਾਂ ਨੂੰ ਇੱਕ ਉਸ ਕਿਸਮ ਦਾ ਦੇਸੀ ਬਾਡੀ ਲੈਂਗੁਏਜ ਦੇਣਾ ਜੋ ਪਾਲੀ ਦਾ ਕੈਰੈਕਟਰ ਉਹਨਾਂ ਨੇ ਨਿਭਾਇਆ ਸੋ ਬਟੰਡੇ ਵਾਲੇ ਪਾਸੇ ਦਾ ਇੱਕ ਬਾਡੀ ਲੈਂਗੁਏਜ ਇੱਕ ਰੌਬ ਦੇਣਾ ਕਿਉਂਕਿ ਉਹ ਉੱਥੇ ਦੀ ਨਹੀਂ ਹੈ ਸੋ ਉਹਨੂੰ ਉਸ ਚੀਜ਼ ਵੀ ਢਾਲ ਕੇ ਲੈਣ ਵਾਸਤੇ ਮਹੀਨਾ ਦੋ ਮਹੀਨੇ ਥੋੜਾ ਪਸੀਨਾ ਜ਼ਰੂਰ ਕੱਢਿਆ ਅੱਛਾ ਬਟ ਬਹੁਤ ਮਿਹਨਤੀ ਹੈ ਮੈਂ ਡੈਫੀਨਿਟ ਕਹੂੰਗਾ ਸੋ ਹੋਪਫੁਲੀ ਮੈਨੂੰ ਲੱਗਦਾ ਹੈ ਕਿ ਪਿਚਰ ਉੱਚੀ ਨਿਕਲ ਗਈ ਹੈ ਬੀਨੂ ਬਾਜੀ ਐਦਾਂ ਹੋ ਰਿਹਾ ਕਿ ਬਾਲੀਵੁੱਡ ਤੋਂ ਐਕਟ੍ਰੀਸਾਂ ਆ ਰਹੀਆਂ ਇੱਥੇ ਕੰਮ ਕਰਦੀਆਂ ਨੇ ਫਿਲਮਾਂ ਵੀ ਹਿੱਟ ਜਾਂਦੀਆਂ ਨੇ ਇਹਦੀ ਗੱਲ ਨਹੀਂ ਹੈਗੀ ਪਰ ਬਾਲੀਵੁੱਡ ਐਕਟ੍ਰੀਸ ਰਿਪੀਟ ਬਹੁਤ ਘੱਟ ਹੁੰਦੀਆਂ ਨੇ ਹਰ ਕੀ ਕਾਰਨ ਆ ਉਹ ਉੱਥੇ ਬਿਜ਼ੀ ਹੋ ਜਾਂਦੇ ਨੇ ਜੀ ਆਪ ਦਾ ਤੇ ਤੁਸੀਂ ਆਇਆ ਲਾ ਲੋ ਹਿੰਦੀ ਦੇ ਸਿਨੇਮਾ ਦੇ ਵਿੱਚ ਹੀ ਬਿਜ਼ੀ ਨੇ ਜੀ ਕਾਫੀ ਲੋਕ ਹਨਾ ਤੇ ਵੱਡੀ ਗੱਲ ਹਜੇ ਵੀ ਆਪਣੇ ਕੰਮ ਤਾਂ ਹੁਣ ਇਹਨੂੰ ਪ੍ਰੋਫੈਸ਼ਨਲ ਮੰਨਿਆ ਜਾਂਦਾ ਜੀ ਕੁਝ ਅਰਸ ਪਹਿਲਾਂ ਅਰਸਾ ਪਹਿਲਾਂ ਸੀਗਾ ਜੀ ਵੀ ਜਦੋਂ ਆਪਾਂ ਨੂੰ ਇਹ ਪ੍ਰੋਫੈਸ਼ਨ ਨੂੰ ਪ੍ਰੋਫੈਸ਼ਨ ਨਹੀਂ ਮੰਨਿਆ ਜਾਂਦਾ ਸੀ ਜਿਵੇਂ ਮੈਨੂੰ ਪੁੱਛਿਆ ਗਿਆ ਵੀ ਤੂੰ ਕੰਮ ਕੀ ਕਰਦਾ ਜਿਵੇਂ ਜਦੋਂ ਮੇਰੀ ਮੈਰਿਜ ਹੋਈ ਤਾਂ ਕਹਿੰਦੇ ਮੁੰਡਾ ਕੀ ਕਰਦਾ ਕਹਿੰਦੇ ਵੀ ਐਕਟਿੰਗ ਕਰਦਾ ਤੇ ਡਰਾਮੇ-ਡਰਮੇ ਕਰਦਾ ਕਹਿੰਦੇ ਉਹ ਤਾਂ ਠੀਕ ਹੈ ਵੈਸੇ ਕੰਮ ਕੀ ਕਰਦਾ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀ ਹਨਾ ਸੱਚੀ ਗੱਲ ਤੇ ਇਹਨੂੰ ਰਿਪਿਊਟਡ ਨਹੀਂ ਮੰਨਦੇ ਬਹੁਤ ਜ਼ਿਆਦਾ ਵੀ ਫੈਮਲੀਆਂ ਦੀ ਕੁੜੀਆਂ ਜਾਂ ਉਹ ਦੇ ਆਰ ਇੰਟਰਸਟਡ ਲਾਈਕ ਹੁਣ ਥੋੜਾ ਜਿਹਾ ਗਰੂਪ ਹੋਣ ਲੱਗਿਆ ਸਿਨੇਮਾ ਦਾ ਥੋੜੇ ਲੋਕ ਜੇ ਤੁਸੀਂ ਦੇਖਿਆ ਪ੍ਰੋਫੈਸ਼ਨਲ ਇੰਸਟੀਚੂਟ ਹੈਗੇ ਨੇ ਜਾਂ ਕਾਲਜਸ ਜਾਂ ਸਕੂਲ ਖੋਲੇ ਨੇ ਜਿਨ੍ਹਾਂ ਵਿੱਚ ਥੀਏਟਰ ਸਬਜੈਕਟ ਲਾਗੂ ਹੋਇਆ ਜੀ ਤਾਂ ਉਹ ਹੁਣ ਉੱਥੇ ਕੁੜੀਆਂ ਮੁੰਡੇ ਆਉਣ ਲੱਗਿਆ ਨਹੀਂ ਤਾਂ ਹੈ ਹੀ ਨਹੀਂ ਸੀਗਾ ਸਾਡੇ ਥੀਏਟਰ ਡਿਪਾਰਟਮੈਂਟ ਜਦੋਂ ਮੈਂ ਸੀਗਾ ਸਿਰਫ ਪੰਜ ਜਾਣੇ ਸੀ ਅਸੀਂ ਜੀ ਪੰਜ ਦੇ ਪੰਜ ਮੁੰਡੇ ਹਨਾ ਜੀ ਸਹੀ ਕਰਦਾ ਜੀ ਤਾਂ ਉਹ ਉਹ ਚੱਕਰ ਹੈ ਜੀ ਹੌਲੀ ਹੌਲੀ ਆਪਣੇ ਹੈ ਵੀ ਨਹੀਂ ਸਾਡੇ ਹੀਰੋਇਨਸ ਦੀ ਘਾਟ ਹੈ ਜੀ ਆਲਵੇਜ਼ ਤਾਂ ਫਿਰ ਏਦਾਂ ਹੁੰਦਾ ਇੱਕ ਡਾਇਰੈਕਟਰ ਨੂੰ ਜਾਂ ਜਾਂ ਇੱਕ ਪ੍ਰੋਡਿਊਸਰ ਨੂੰ ਏਹ ਹੁੰਦਾ ਵੀ ਮੇਰੀ ਫਿਲਮ ਤਾਂ ਮੇਰਾ ਕੈਰੈਕਟਰ ਏਦਾਂ ਦਾ ਤਾਂ ਉਹ ਉੱਥੋਂ ਦੇ ਸਿੱਖੇ ਸਖੰਦਰੂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਆਲਰੇਡੀ ਕੰਮ ਕੀਤਾ ਹੁੰਦਾ ਵੀ ਉਹ ਛੇਤੀ ਫਿਟ ਇਨ ਹੋ ਜਾਣਗੀਆਂ ਤੇ ਹਨਾ ਜੀ ਉਹ ਉਹ ਜ਼ਰੂਰੀ ਹੁੰਦਾ ਜੇ ਇਸ ਕਰਕੇ ਮੇਰੇ ਖਿਆਲ ਉੱਥੋਂ ਲਿਆ ਜਾਂਦੇ ਜੀ ਅੱਛਾ ਇਹ ਤੁਹਾਡਾ ਵੈਸੇ ਸਵਾਲ ਤਾਂ ਹੋ ਰਿਹਾ ਇੱਥੇ ਪੁੱਛਣਾ ਸੀ ਗੁੱਗੂ ਭਾਈ ਨੂੰ ਪਰ ਤੁਸੀਂ ਗੱਲ ਕੀਤੀ ਪਹਿਲਾਂ ਏਦਾਂ ਹੁੰਦਾ ਸੀ ਕਿ ਨਹੀਂ ਤੇ ਹੁਣ ਥੋੜਾ ਜਿਹਾ ਮਾਹੌਲ ਵੱਖਰਾ ਹੈਗਾ ਪਹਿਲਾਂ ਇਸ ਕੰਮ ਨੂੰ ਕੰਮ ਨਹੀਂ ਸਮਝਿਆ ਜਾਂਦਾ ਗੁੱਗੂ ਭਾਈ ਪਹਿਲਾਂ ਵੀ ਏਦਾਂ ਇਹ ਹੋਈ ਤੁਰੇ ਫਿਰਦੇ ਨੇ ਹਾਂਜੀ ਇਹਦੇ ਤਾਂ ਕੋਈ ਸ਼ੱਕ ਨਹੀਂ ਕਿ ਸਾਡੇ ਵੱਡ ਵਡੇਰੇ ਹੋਰ ਇਸ ਕੰਮ ਨੂੰ ਉਹਨਾਂ ਵਧੀਆ ਨਹੀਂ ਸੀ ਸਮਝਦੇ ਤੇ ਹੌਲੀ 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 ਕਰਕੇ ਉਹਨ ਇਸ ਸਮਝਣ ਲੱਗ ਗਏ ਪਹਿਲਾਂ ਤਾਂ ਐ ਸੀਗਾ ਵੀ ਐਵੇਂ ਆਸਾ ਖੇਡਾ ਜਾ ਹੈਗਾ ਜਦੋਂ ਹੁਣ ਖੁਦ ਆਪ ਨੂੰ ਨਹੀਂ ਸੀ ਪਤਾ ਕਿ ਐਡਾ ਇੰਨਾ ਇਹ ਮਿਹਨਤ ਵਾਲਾ ਔਰ ਇੰਨਾ ਸੀਰੀਅਸਲੀ ਇਹਦੇ ਬਾਰੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਮੈਂ ਸਮਾਂ ਸਾਰਿਆਂ ਨੂੰ ਦੱਸਦਾ ਹੁਣ ਲੰਘ ਕੇ ਜਿੰਨਾ ਇਹਦੇ 'ਚ ਨਚਣ ਟੱਪਣ ਵਾਲਾ ਹਸਨ ਹਾਸਾ ਖੇਡਾ ਜਾਂ ਦਿਸਦਾ ਹੈ ਉਨਾ ਹੀ ਇਹ ਮਿਹਨਤ ਔਰ ਟਫ ਕੰਮ ਹੈ ਜਦ ਅਸੀਂ ਸ਼ੂਟਿੰਗ ਕਰਦੇ ਆਂ ਖੇਤਾਂ 'ਚ ਜਾਂ ਪਿੰਡਾਂ 'ਚ ਤਾਂ ਸਾਰੇ ਜ਼ਿੰਮੇਦਾਰ ਜਿਹੜੇ ਇਹਨੇ ਜਫਾਕਸ਼ ਕੌਮ ਹੁੰਦੀ ਹੈ ਉਹ ਵੀ ਸਮਝਣ ਲੱਗ ਜਾਂਦੇ ਆ ਕਿ ਸਾਰਿਆਂ ਤੋਂ ਔਖਾ ਕੰਮ ਹੈ ਤੁਹਾਡਾ ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਲੜਕੀਆਂ ਨੂੰ ਰਿਪੀਟ ਨਹੀਂ ਕਰਦੇ ਮੈਨ ਲੱਗਦਾ ਸਾਡੇ ਲੋਕ ਮੁੜ ਕੇ ਉਹਨਾਂ ਨੂੰ ਲੈਂਦੇ ਹੀ ਨਹੀਂ ਹਾਂ ਹਾਂ ਬਿਲਕੁਲ ਸਹੀ ਹੈ ਮੈਂ ਆਪਣੇ ਜਿਹੜੇ ਇੱਥੋਂ ਦੇ ਲੋਕ ਹੈ ਨਾ ਜ਼ਿਆਦਾ ਉਹੀ ਜ਼ਿਆਦਾ ਕਾਮਯਾਬ ਹੈ ਹਾਂ ਸਹੀ ਹੈ ਜੀ ਥੋੜਾ ਜਿਹਾ ਇਹ ਵੀ ਹੈ ਕਿ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜਦੋਂ ਫਿਲਮਾਂ ਚੱਲਦੀਆਂ ਇੱਕ ਥੋੜਾ ਟਾਈਮ ਲੱਗਦਾ ਹੈ ਅ ਆਂਦੇ ਥੋੜਾ ਜਿਹਾ ਆਡੀਅנס ਨੂੰ ਇੱਕ ਐਕਸੈਪਟਿਬਿਲਟੀ ਬਣਾਉਣ ਨੂੰ ਵੀ ਸਾਡੇ ਥੋੜਾ ਜਿਹਾ ਟਾਈਮ ਲੱਗਦਾ ਆ ਉਹ ਥੋੜੀ ਜੀ ਮਿਹਨਤ ਡੈਫੀਨਿਟਲੀ ਜਿਹੜੀਆਂ ਵੀ ਬਾਹਰ ਕੁੜੀਆਂ ਆਂਦੀਆਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਮੈਨੂੰ ਇਹ ਲੱਗਦਾ ਹੈ ਜੀ ਜੀ ਬਿਲਕੁਲ ਕਿਉਂਕਿ ਆਡੀਅנס ਦੇ ਦਿਲਾਂ 'ਚ ਘਰ ਬਣਾਣਾ ਉਸ ਲਈ ਉਹ ਦਾ ਨਹੀਂ ਹੁੰਦਾ ਵਾਕੇ ਵਾਕੇ ਤੇ ਜਿਹੜੀਆਂ ਆਪਣੇ ਵਾਲੀ ਹੁੰਦੀਆਂ ਨੇ ਉਹ ਸਾਰੇ ਦਾ ਟਾਰਗੇਟ ਪੰਜਾਬੀ ਸਿਨੇਮੇ ਵਾਲਾ ਜਿੰਨੇ ਵੀ ਹੈ ਸਾਡਾ ਮੱਕਾ ਮਦੀਨਾ ਤੇ ਬੰਬਈ ਹੈ ਹਨਾ ਜੀ ਤਾਂ ਉਹ ਹਿੰਦੀ ਚ ਸਾਰੇ ਸਟੈਪ ਇਨ ਕਰਨ ਨੂੰ ਕਹਿੰਦੇ ਹੁੰਦੇ ਜੇ ਕੋਈ ਕੁੜੀਆਂ ਕੋਈ ਵਧੀਆਂ ਵੀ ਆਉਂਦੀਆਂ ਤੁਸੀਂ ਦੇਖਿਆ ਹੁਣ ਆਪਣੀਆਂ ਵੀ ਇੱਕ ਦੋ ਕੁੜੀਆਂ ਉਹ ਹਿੰਦੀ ਚ ਚਲੀਆਂ ਗਈਆਂ ਜੀ ਫਿਰ ਉਹ ਪੰਜਾਬੀ ਚ ਪੰਜਾਬੀ ਨੂੰ ਤਰਜੀਹ ਨਹੀਂ ਦਿੰਦੀਆਂ ਜੀ ਸਹੀ ਗੱਲ ਹੈ ਵਾਕੇ ਵਾਕੇ ਜੀ ਆਪਾਂ ਕਹਿਣਾ ਹੈ ਕਹਿੰਦੇ ਵੀ ਜਿਨ੍ਹਾਂ ਨੂੰ ਆਡੀਅנס ਐਕਸੈਪਟ ਕਰਦੀ ਹੈ ਤਾਂ ਉਹ ਹਾਲਾਂਕਿ ਹਿੰਦੀ ਇੰਡਸਟਰੀ ਵਾਲੀਆਂ ਬੜੀਆਂ ਸ਼ੌਕ ਨਾਲ ਕਰਨਾ ਚਾਹੁੰਦੀਆਂ ਇੱਥੇ ਕੰਮ ਆਰਟਿਸਟ ਮੁੰਡੇ ਐ ਬੇ ਥੋੜਾ ਜਿਹਾ ਹੈ ਜ਼ਰੂਰ ਜਿਸ ਤਰ੍ਹਾਂ ਬੀਨੂ ਹੋਰਾਂ ਨੇ ਕਿਹਾ ਉਹਦਾ ਫਰਕ ਥੋੜਾ ਪੈ ਜਾਂਦਾ ਤੇ ਗਗੂ ਭਾਈ ਜੱਸੀ ਗਿਲ ਵਾਈ ਤੇ ਹੁਣ ਗੱਲ ਕਰੀ ਆਪਾਂ ਤਾਂ ਇੱਕ ਨਵਾਂ ਚਿਹਰਾ ਹੈਗਾ ਕਿ ਨਹੀਂ ਲੀਡ ਐਕਟਿੰਗ ਦੇ ਵਿੱਚ ਤਾਂ ਕਹਿੰਦੇ ਆਪਾਂ ਹੀਰੋ ਮਟੀਰੀਅਲ ਤਾਂ ਉਹਨਾਂ ਨਾਲ ਕੰਮ ਕਰਕੇ ਉਹਨਾਂ ਦਾ ਕੰਮ ਕਿਹਾ ਜਾ ਲੱਗਿਆ ਸਭ ਤੋਂ ਪਹਿਲੀ ਗੱਲ ਮੈਂ ਸਮਝਦਾ ਕਿ ਬੈਸਟ ਚੁਆਇਸ ਹੈਸ ਰੋਲ ਲਈਓ ਜੱਸੀ ਗਿਲ ਮੈਂ ਪੰਕਜ ਜੋਹਰੀ ਕੋਲੇ ਬੈਠੇ ਇਹਨਾਂ ਨੂੰ ਮੈਂ ਕਿਹਾ ਵੀ ਸੀ ਮੈਂ ਕਿਹਾ ਵੀ ਪਰਫੈਕਟ ਹੈ ਮੁੰਡਾ ਜਿਸ ਰੋਲ ਲਈ ਆਪਾਂ ਚੁਣਿਆ ਔਰ ਬੜਾ ਅੱਛਾ ਕੰਮ ਕੀਤਾ ਉਹਨੇ ਮੁੰਡਾ ਵੀ ਬੜਾ ਬੀਬੇ ਜੀ ਬਹੁਤ ਚੰਗਾ ਮੁੰਡਾ ਨਿਮਰਤਾ ਵਾਲਾ ਫਿਰ ਗਿੱਲਾਂ ਦਾ ਮੁੰਡਾ ਉਹ ਵੀ ਇੱਕ ਆਪਣਾ ਲੋਹੀ ਜਲੋਗੀ 100 ਤੋਤੇ ਇੱਕ ਗੋਤੇ ਯਾ ਵਾ ਨੀ ਉਹ ਆਪਣਾ ਤਾਂ ਹੋ ਹੀ ਜਾਂਦੀ ਹੈ ਯਾ ਵਾ ਤੇ ਵੈਸੇ ਹੈ ਹੀ ਉਹ ਕਾਬਲੇ ਤਾਰੀਫ ਹੈ ਮੁੰਡਾ ਹੈ ਕੁੜੀ ਨੇ ਵੀ ਬੜਾ ਅੱਛਾ ਕੰਮ ਕੀਤਾ ਮੈਂ ਪੰਕਜ ਹੋਰਾਂ ਨੂੰ ਇੱਕ ਦਿਨ ਤੁਹਾਡੇ ਯਾਦ ਹੋਣਾ ਮੈਂ ਕਿਹਾ ਸੀ ਮੈਂ ਕਿਵੇਂ ਕਰ ਲੈਨੇ ਹੂੰ ਤੁਸੀਂ ਕਿ ਜਿਵੇਂ ਹੁਣ ਬਠਿੰਡੇ ਦਾ ਇਲਾਕਾ ਹੈ ਸਾਡਾ ਤਾਂ ਏਰੀਆ ਬੇਸ਼ੱਕ ਬਠਿੰਡਾ ਮੁਕਤਸਰ ਤਾਂ ਐ ਲੱਗਦਾ ਹੁੰਦਾ ਆਰਟਿਸਟ ਜਿਵੇਂ ਇੱਥੋਂ ਦੇ ਹੀ ਐ ਜਦੋਂ ਤੁਸੀਂ ਫਿਲਮ ਵੇਖਦੇ ਹੋ ਇਹ ਹੋਣਾ ਇਹ ਕਹਿੰਦੇ ਵੀ ਮੈਂ ਇੰਨਾ ਉਹਦੇ ਦਾ ਮੁਸ਼ਾਹਦਾ ਕਰਦਾ ਇੰਨਾ ਮੁਤਾਲਾ ਕਰਦਾ ਹਰ ਚੀਜ਼ ਦਾ ਤਾਂ ਸ਼ਾਇਦ ਉਹਦੀ ਖੋਜ ਵੀ ਨਹੀਂ ਇੰਨੀ ਜ਼ਿਆਦਾ ਪਹਿਲਾਂ ਹੋ ਚੁੱਕੀ ਹੁੰਦੀ ਐ ਕਿ ਉਹਨੂੰ ਰੂਪ ਦੇ ਲੈਂਦੇ ਵਾਕਿ ਵਾਕਿ ਇੱਕ ਡਾਇਰੈਕਟਰ ਲਈ ਤਾਂ ਖਾਸ ਤੌਰ ਤੇ ਜਿਹੜਾ ਪ੍ਰੀ ਪ੍ਰੋਡਕਸ਼ਨ ਮੇਰੇ ਖਿਆਲ ਚ ਹੈਗਾ ਉਹ ਬਹੁਤ ਜ਼ਬਰਦਸਤ ਕੰਮ ਉਹ ਤੋਂ ਕਰਨਾ ਪੈਂਦਾ ਔਰ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜਦ ਤੱਕ ਕੈਰੈਕਟਰਸ ਦੀ ਐਕਸੈਪਟੇਬਿਲਟੀ ਨਹੀਂ ਆਏਗੀ ਫਿਲਮ ਮੇਕਿੰਗ ਦੇ ਵਿੱਚ ਕਹਾਣੀਆਂ ਦੇਖੋ ਚਾਰ ਜਨਰ ਹੁੰਦੇ ਆ ਯਾ ਰੋਮਾਂਟਿਕ ਹੁੰਦਾ ਹੈ ਯਾ ਤੁਸੀਂ ਬਦਲੇ ਲੈ ਲੈਨੇ ਹੋ ਯਾ ਤੁਸੀਂ ਥ੍ਰਿਲਰ ਬਣਾ ਲੈਨੇ ਹੋ ਯਾ ਕੁਝ ਤੁਸੀਂ ਇਦਾਂ ਦਾ ਬਣਾ ਲੈਨੇ ਹੋ ਹਾਂਜੀ ਉਹ ਇੱਕ ਫਿਲਮ ਐਕਸੈਪਟੇਬਿਲਟੀ ਆਡੀਅנס ਤੱਕ ਜਾ ਕੇ ਹੁੰਦੀ ਜਦੋਂ ਆਡੀਅנס ਨੂੰ ਲੱਗਦਾ ਹੈ ਕਿ ਹਾਂ ਯਾਰ ਇਹ ਕੈਰੈਕਟਰ ਸਾਡੇ ਆ ਹਾਂ ਯਾਰ ਇਹ ਬਠਿੰਡੇ ਵਾਲੇ ਦੇਖਣ ਤੋਂ ਲੱਗਣਾ ਚਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਉਹਦੇ ਵਾਸਤੇ ਉਹਦੀ ਥੋੜੀ ਲੈਂਗੁਏਜ ਤੇ ਕੰਮ ਉਹਦੇ ਥੋੜੇ ਕੱਪੜਿਆਂ ਤੇ ਕੰਮ ਉਹਨਾਂ ਦੇ ਥੋੜੀ ਬਾਡੀ ਲੈਂਗੁਏਜ ਕੀ ਹੈ ਉਹਨਾਂ ਦਾ ਸਟਾਈਲ ਕੀ ਹੈ ਅਗਰ ਉਸ ਤੇ ਥੋੜਾ ਥੋੜਾ ਕੰਮ ਵੀ ਡਾਇਰੈਕਟਰਸ ਯਾ ਰਾਈਟਰਸ ਮਤਲਬ ਇੱਕ ਜੜੀ ਇੱਕ ਟੀਮ ਹੈਗੀ ਹੈ ਉਹ ਕਰਨੇ ਤਾਂ ਐਕਟਰਸ ਨੂੰ ਥੋੜੀ ਸਹੂਲियत ਹੋ ਜਾਂਦੀ ਹੈ ਆਪਾਂ ਉਸ ਕਹਿ ਦਿੰਦੇ ਨੇ ਕਿ ਭਾਜੀ ਨਹੀਂ ਸਰ ਆਪਾਂ ਐਦਾਂ ਚੱਲਦੇ ਹਾਂ ਥੋੜਾ ਸੋ ਉਹ ਥੋੜੀ ਜੀ ਚੀਜ਼ ਸਕਰੀਨ ਤੇ ਬੜੀ ਬਿਲੀਵੇਬਲ ਜੀ ਲੱਗਦੀ ਹੈ ਵਾਕਿਆ ਸੀਗਾ ਅੱਛਾ ਦਿਲਦਾਰੀਆਂ ਜਿਹੜੀ ਫਿਲਮ ਸੀ ਇਹ ਇਹਦੇ ਚੋਂ ਜਿਹੜਾ ਚੂਜ਼ ਕੀਤਾ ਤੁਸੀਂ ਸਟੋਰੀ ਨੂੰ ਚੂਜ਼ ਕਰਿਆ ਕਿ ਨਹੀਂ ਹੋਰ ਵੀ ਸਟੋਰੀ ਸਾਡੇ ਕੋਲ ਬਾਧੂ ਪਈਆਂ ਹੋਣੀਆਂ ਜਾਂ ਆਈਆਂ ਹੋਣੀਆਂ ਪਰ ਦਿਲਦਾਰੀਆਂ ਵਿੱਚ ਕੀ ਖਾਸियत ਲੱਗੀ ਵੀ ਜਿਹੜੀ ਆਡੀਅנס ਨੂੰ ਮਤਲਬ ਅਟਰੈਕਟ ਕਰੂਗੀ ਖਿੱਚੂਗੀ ਆਪਣੇ ਮੈਨੂੰ ਬੜਾ ਟਾਈਮ ਤੋਂ ਲੱਗ ਰਿਹਾ ਸੀਗਾ ਕਿ ਕੋਈ ਦੇਸੀ ਲਵ ਸਟੋਰੀ ਨਹੀਂ ਆਈ ਅੱਛਾ ਜੀ ਪੰਜਾਬੀ ਵਿੱਚ ਕਰੰਦਾ ਫਾਇਦਾ ਔਰ ਪੰਜਾਬੀ ਫਿਲਮ ਕਰਨ ਦਾ ਮਕਸਦ ਵੀ ਇਹ ਹੈ ਕਿ ਆਪਾਂ ਆਪਣੇ ਕਲਚਰ ਦੀ ਗੱਲ ਕਰੀਏ ਆਪਣੇ ਕਰੈਕਟਰਸ ਦੀ ਕੋਈ ਗੱਲ ਕਰੀਏ ਹਾਂ ਹਾਂ ਸੋ ਜਿਹੜੇ ਕਰੈਕਟਰਸ ਹੈਗੇ ਆ ਸਾਰੇ ਬੜੇ ਆਪਣੇ ਆ ਜੀ ਮੱਝਾ ਮਾਲਵੇ ਦਾ ਹੈ ਚੰਡੀਗੜ੍ਹ ਪੜਦੇ ਆ ਫਿਰ ਉਹਨਾਂ ਦੀ ਫੈਮਿਲੀਆਂ ਹੈ ਫਿਰ ਉਹਨਾਂ ਦੇ ਬੈਕਡ੍ਰੌਪ ਚ ਉਹਨਾਂ ਦੀ ਲਾਈਫ ਸਟਾਈਲ ਕੀ ਹੈ ਸੋ ਬੜਾ ਕਨੈਕਸ਼ਨ ਹੈ ਯੂਥ ਦਾ ਵੀ ਇਸ ਪਿਕਚਰ ਦੇ ਨਾਲ ਐਸ ਵੈਲ ਐਸ ਆਡੀਅנס ਦਾ ਵੀ ਕਿਉਂਕਿ ਗugu ਸਰ ਹੈਗੇ ਆ ਇਹਨਾਂ ਦੀ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਹੈ ਉਸ ਮਾਰੇ ਚ ਬੀਨੂ ਭਾਜੀ ਹੈਗੇ ਆ ਬੀਨੂ ਭਾਜੀ ਇਜ਼ ਅ ਕੰਪਲੀਟ ਐਂਟਰਟੇਨਰ ਨੋ ਡਾਊਟ ਮਤਲਬ ਇਹਨਾਂ ਤੋਂ ਤੁਸੀਂ ਕੁਝ ਵੀ ਕਰਾ ਲਓ ਸਹੀ ਹੈ ਜੀ ਇਹ ਮਤਲਬ ਇਹਨਾਂ ਕਹਿੰਦੀ ਲੋੜ ਨਹੀਂ ਹੈ ਮਤਲਬ ਮੈਨੂੰ ਜਦੋਂ ਮੈਂ ਕੰਡਕਟਰ ਦਾ ਰੋਲ ਸੋਚਿਆ ਤੇ ਸਭ ਤੋਂ ਡਿਫਿਕਲਟ ਕੰਮ ਇਹ ਸੀਗਾ ਕਿ ਉਹ ਬਾਡੀ ਲੈਂਗੁਏਜ ਪਕੜਨਾ ਉਹ ਮਤਲਬ ਉਹ ਸਿਟੀ ਮਾਰਨ ਦਾ ਇੱਕ ਜਿਹੜਾ ਸਟਾਈਲ ਹੈ ਹਾਂ ਹਾਂ ਉਹ ਸਭ ਤੋਂ ਇੰਪੋਰਟੈਂਟ ਹੈ ਸਿਟੀ ਕੰਡਕਟਰ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਹੈ ਸਹੀ ਗੱਲ ਹੈ ਜੀ ਸੋ ਉਹ ਸਾਰੀਆਂ ਚੀਜ਼ਾਂ ਤੇ ਵਰਕਿੰਗ ਕਰਕੇ ਇਹ ਲੱਗ ਰਿਹਾ ਹੈ ਕਿ ਹਾਂ ਇੱਕ ਦੇਸੀ ਲਵ ਸਟੋਰੀ ਹੈ ਆਪਣੇ ਕੈਰੈਕਟਰਸ ਹੈ ਉਹਦੇ ਵਿੱਚ ਨਾਲ ਲਵ ਸਟੋਰੀ ਦੇ ਕਿਦਾਂ ਇਹ ਦਿਖਾਇਆ ਜਾ ਸਕਦਾ ਹੈ ਕਿ ਆਪਣਾ ਕਲਚਰ ਕੀ ਹੈ ਆਪਣੀ ਫੈਮਲੀਆਂ ਕੀ ਹੈ ਸੋ ਮੈਨੂੰ ਲੱਗ ਰਿਹਾ ਸੀਗਾ ਨਹੀਂ ਕੁਝ ਐਦਾ ਦਾ ਆਣਾ ਚਾਹੀਦਾ ਜੋ ਮੈਨੂੰ ਲੱਗਦਾ ਸਾਰੇ ਲੋਕਾਂ ਨਾਲ ਕਨੈਕਟ ਕਰੇਗਾ ਟਾਈਟਲ ਵੀ ਫਿਰ ਕੁਝ ਐਦਾ ਦਾ ਹੋਵੇ ਜੋ ਸਿੱਧਾ ਹੀ ਸੁਣਦੇ ਹੀ ਮੂੰਹ ਤੇ ਚੜੇ ਬਿਲਕੁਲ ਕੈਚ ਕਰੇ ਉਹਨਾਂ ਦੀ ਵਾਕਈ ਸਹੀ ਗੱਲ ਹੈ ਅੱਛਾ ਜੀ ਹੁਣ ਕੰਡੈਕਟਰ ਸਾਹਿਬ ਨੂੰ ਪੁੱਛੇ ਆਪਾਂ ਤੇ ਇਹ ਜਿਹੜਾ ਦਾੜੀ ਰੱਖਣ ਦਾ ਸੀਗਾ ਇਹ ਇਹ ਫਿਰ ਤੁਹਾਡਾ ਆਈਡੀਆ ਸੀਗਾ ਵੀ ਆਪਾਂ ਇਨਪੁਟ ਪਾਈ ਇੱਧਰ ਕੈਰੈਕਟਰ ਚ ਹਾਂਜੀ ਥੋੜਾ ਜਿਹਾ ਡਿਫਰੈਂਟ ਹਮੇਸ਼ਾ ਕਰਨ ਦੀ ਕੋਸ਼ਿਸ਼ ਕਰੀਦੀ ਹੈ ਹਨਾ ਜੀ ਆਪਦੇ ਵੱਲੋਂ ਤੇ ਗੈਟ ਅਪ ਜਾਂ ਬਾਡੀ ਲੈਂਗੁਏਜ ਤੇ ਕੰਮ ਕਰ ਲੈਣੇ ਤੁਸੀਂ ਹਨਾ ਤੁਸੀਂ ਬੋਲਣ ਤੇ ਤੁਸੀਂ ਆਪਦਾ ਇੱਕ ਤੱਕ ਇਹ ਕਲਮ ਜਾਇਆ ਅੱਡ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਉਦਾਂ ਰੱਖਿਆ ਸੀ ਵੀ ਥੋੜਾ ਕੈਰੈਕਟਰ ਡਿਫਰੈਂਟ ਲੱਗੇ ਜੀ ਕਿਉਂਕਿ ਇਹਦੇ ਵਿੱਚ ਦੋ ਸ਼ੇਡ ਨੇ ਜੀ ਮੇਰੇ ਇੱਕ ਐਲਸ ਕਰਨ ਜਾਂਦਾ ਜਦੋਂ ਚੰਡੀਗੜ੍ਹ ਆ ਜਾਂਦਾ ਜੀ ਕਨੈਕਟਰ ਅੱਛਾ ਜੀ ਹਨਾ ਜੀ ਕਹਿੰਦਾ ਹੁਣ ਅਸੀਂ ਅਸੀਂ ਬਸਾਂ 'ਚ ਕਹਿੰਦਾ ਸੀਟੀਆਂ 'ਚ ਜੀ ਬੂਕਾ ਮਾਰੀ ਜੀ ਸਾਡਾ ਵੀ ਫਿਕਰ ਤਾਂ ਜਾ ਹਿੱਥੇ ਚੜ੍ਹਨ ਦਾ ਤਾਂ ਉਹ ਇੰਨਾ ਦਾ ਉਹ ਬਹੁਤ ਵਧੀਆ ਹੁਣ ਤਾਂ ਬੋਲੂ ਵੀ ਬਾਜੇ ਵਾਲਿਆਂ ਵਾਂਗ ਸੁਜੇ ਅਸੀਂ ਸੀਟ 'ਚ ਬੂਕਾ ਮਾਰ ਮਾਰ ਹੁਣ ਤਾਂ ਬੋਲੂ ਵੀ ਬਾਜੇ ਵਾਲਿਆਂ ਵਾਂਗ ਸੁਜੇ ਪਿਆ ਤੇਰੇ ਮੇਨਤ ਫਿਰਦਾ ਹੈ ਹਾਂ ਜਾਣੋ ਕਿ ਦਾ ਵਿੱਚ ਥੋੜਾ ਡਿਫਰੈਂਟ ਰੱਖ ਲਿਓ ਕਿਉਂਕਿ ਹੁੰਦਾ ਵੀ ਜਿਹੜੇ ਤੁਸੀਂ ਪੈੰਡੂ ਕੈਰੈਕਟਰ ਜਿਹੜੇ ਕਨੈਕਟਰ ਬਣੇ ਹੋਏ ਨੇ ਤੁਸੀਂ ਬਸੇ ਦੇ ਉੱਤੇ ਜਿਹਾ ਪੁਰਾਣੇ ਵੇਲੇ ਚ ਹੁਣ ਦੇਖੋ ਤਾਂ ਉਹ ਥੋੜੇ ਜਿਹਾ ਮੋਸਟਲੀ ਇਦਾਂ ਹੀ ਹੁੰਦੇ ਕੋਈ ਕਲੀਨ ਸ਼ਿਪ ਤੁਹਾਨੂੰ ਘੱਟ ਹੀ ਮਿਲੂਗਾ ਇਹ ਤਾਂ ਬਿਲਕੁਲ 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 ਕਈ ਕੋਲ ਟਾਈਮ ਘੱਟ ਹੁੰਦਾ ਜਿਆਦਾ ਫਿਰ ਮੁੱਛਾਂ ਮੁੱਛਾਂ ਦੇ ਲਾ ਦੰਨੇ ਕਈ ਫਿਰ ਟਾਈਮ ਘੱਟ ਹੁੰਦਾ ਕੀ ਬਿਲਕੁਲ 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 ਝਾੜੀ ਵਿਦਾ ਲੰਦੇ ਨੇ ਵਾਹ ਦੋਸਤੋ ਤੁਸੀਂ ਕਿਤਨਾ ਚਾਹੋ ਜੀ ਇੱਕ ਹੋਰ ਨਿੱਕੀ ਜਿਹੀ ਬ੍ਰੇਕ ਫਿਰ ਫਿਲਮ ਦੇ ਮਿਊਜ਼ ਬ੍ਰੇਕ ਤੋਂ ਬਾਅਦ ਮੈਟਰੋ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੀਟੀਸੀ ਸ਼ੋਅਕੇਸ ਦੇ ਵਿੱਚ ਤੇ ਮੁਲਾਕਾਤ ਅੱਜ ਆ ਜੱਫਾ ਕਰ ਰਹੇ ਆ ਦਿਲਦਾਰੀਆਂ ਟੀਮ ਦੇ ਨਾਲ ਤੇ ਹੁਣ ਆਪਾਂ 뮤직 ਦੀ ਗੱਲ ਕਰਦੇ ਹਾਂ ਕਿ ਨਹੀਂ ਫੇਰ ਉਧਰੇ ਚੱਲਦੇ ਆ ਕੈਪਟਨ ਆਫ ਦਾ ਸ਼ਿਪ ਕੋਲ ਉੱਥੋਂ ਹੀ ਗੱਲ ਸ਼ੁਰੂ ਹੋ ਗਈ ਉੱਥੇ ਆ ਹੀ ਮੁੱਕਦੀ ਨਹੀਂ ਲੈ ਕੀ ਤਾਂ ਕਿਉਂਕਿ ਫਿਰ ਸਾਰੇ ਨੇ ਇਦਾਂ ਹੀ ਘਟਨਾ ਭਾਈ ਉਹਨਾਂ ਨੂੰ ਪੁੱਛ ਰਹੇ ਮੈਂ ਕਿਹਾ ਜਿਹੜੇ ਸਵਾਲ ਪਹਿਲਾਂ ਉਹਨਾਂ ਨੂੰ ਪੁੱਛਣਾ ਪੁੱਛ ਲਿਆ ਕਿ ਉਹਕੇ ਤੇ 뮤직 ਭਾਈ ਜਿੱਦਾਂ ਕੀ ਪਤਾ ਹੀ ਹੈ ਕਿ 뮤직 ਤੋਂ ਬਿਨਾਂ ਫਿਲਮ ਅਧੂਰੀ ਹੈ ਬੇਸ਼ੱਕ ਬੈਕਗ੍ਰਾਉਂਡ 뮤직 ਦੀ ਗੱਲ ਹੋਵੇ ਜਾਂ ਸੌਂ ਤੇ ਇੱਕ ਬਹੁਤ ਮੇਨ ਮੇਰੇ ਕਿਆ ਮੇਜਰ ਰੋਲ ਹੈ ਅਦਰ ਦੈਨ ਕੈਰੈਕਟਰਸ ਤੋਂ ਇਲਾਵਾ ਤਾਂ ਤੁਸੀਂ ਫਿਰ ਕਿੰਨਾ ਕੁ ਇਹਦੇ ਵਿੱਚ ਐਫਰਟਸ ਪਾਏ ਨੇ ਵੀ ਦਿਲਦਾਰੀਆਂ ਦਾ 뮤직 ਨਿਕਲ ਕੇ ਆਵੇ ਨਹੀਂ ਮੈਂ ਹਮੇਸ਼ਾ ਹੀ ਸ਼ੁਰੂ ਤੋਂ ਹੀ ਮਤਲਬ ਆਪਣੀ ਹਰ ਫਿਲਮ ਦੇ 뮤직 ਤੇ ਬਹੁਤ ਕੰਮ ਕਰਨ ਚ ਬਲੀਵ ਕਰਦਾ ਕਿ ਮੈਨੂੰ ਲੱਗਦਾ ਕਿ 뮤직 ਤੁਹਾਡਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਪਿਕਚਰ ਨੂੰ ਲੋਕਾਂ ਤੱਕ ਪਹੁੰਚਾਣ ਲਈ ਆਡੀਅנס ਤੱਕ ਕਿਉਂਕਿ ਅੱਜ 뮤직 ਹੈ ਐਫਐਮ ਚ ਹੈ ਗੱਡੀਆਂ ਚ ਹੈ ਟੀਵੀ ਤੇ ਹੈ ਸੋ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਹਾਂਜੀ ਪਲਸ ਸਬਦੀ ਲਾਈਫ ਦਾ ਹਿੱਸਾ ਅੱਜ ਦੇ ਟਾਈਮ ਤੇ ਬੰਦਾ ਬੋਰ ਹੋ ਰਿਹਾ ਹੈ ਖੁਸ਼ ਹੋ ਰਿਹਾ ਹੈ ਉਦਾਸ ਹੋ ਰਿਹਾ ਹੈ ਮਿਊਜ਼ਿਕ ਸੁਣਦਾ ਹੀ ਹੈ ਸਹੀ ਹੈ ਮੇਰੀ ਪਹਿਲੀ ਪਿਕਚਰ ਤੋਂ ਲੈ ਕੇ ਹੁਣ ਤੱਕ ਵਿਰਸਾ ਚ ਵੀ ਬਹੁਤ ਸੁਪਰ ਹਿੱਟ ਗਾਣੇ ਸੀਗਾ ਮੈਂ ਤੈਨੂੰ ਸਮਝਾਵਾਂ ਕਿ ਰਾਜ ਜੀ ਦਾ ਸੋ ਮੈਂ ਮਿਊਜ਼ਿਕ ਤੇ ਹਮੇਸ਼ਾ ਕੰਮ ਕੀਤਾ ਇਸ ਫਿਲਮ ਦਾ ਵੀ ਮਿਊਜ਼ਿਕ ਜਤਿੰਦਰ ਸ਼ਾਹ ਜੀ ਨੇ ਕੀਤਾ ਜਤਿੰਦਰ ਸ਼ਾਹ ਜੀ ਦੇ ਬਾਰੇ ਪੰਜਾਬੀ ਇੰਡਸਟਰੀ ਚ ਕੁਝ ਕਹਿਣ ਦੀ ਉਹਨਾਂ ਨੂੰ ਲੋੜ ਨਹੀਂ ਹੈ ਲੋੜੀ ਨਹੀਂ ਹੈ ਸਹੀ ਸੋ ਬਟ ਹਾਂ ਉਹਨਾਂ ਨਾਲ ਮਿਲ ਕੇ ਕਾਫੀ ਮਿਹਨਤ ਲਾਈ ਹੈ ਹਾਂ ਜੀ ਅ ਐਸ ਯੂਅਲ ਉਹਨਾਂ ਨੇ ਵੀ ਮੇਰੀ ਕਲੈਬੋਰੇਸ਼ਨ ਦੂਸਰੀ ਪਿਕਚਰ ਦੀ ਹੈ ਗੁਰੇ ਉਹ ਦਫਾ ਕਰੋ ਦਾ ਵੀ 뮤직 ਉਹਨਾਂ ਨੇ ਕੀਤਾ ਸੀਗਾ ਜੀ ਬਹੁਤ ਅੱਛਾ ਗਾਣਾ ਸੀ ਹੋ ਨਾ ਉਹ ਪਿਆਰ ਤੇਰੇ ਦਾ ਅਸਰ ਹੈ ਬਹੁਤ ਚੱਲਿਆ ਬਾਕੀ ਵੀ ਇਸ ਫਿਲਮ ਦਾ ਵੀ ਸਾਰੇ ਗਾਣੇ ਲਗਭਗ ਹਰ ਸ਼ੇਡ ਦੇ ਬਹੁਤ ਬਹੁਤ ਸਾਰੇ ਸ਼ੇਡ ਦੇ ਗਾਣੇ ਸਭ ਕਿਸਮ ਦੇ ਗਾਣੇ ਸੋ ਮੈਂ ਤਾਂ 뮤직 ਤੋਂ ਬਹੁਤ ਜ਼ਿਆਦਾ ਸੈਟੀਸਫਾਈਡ ਹਾਂ ਜੋ ਗੁਗੁભાઈ 뮤직 ਹੁਣ ਜੇ ਪਹਿਲਾਂ ਦੇ ਦੌਰ ਦੀ ਆਪਾਂ ਗੱਲ ਕਰੀ ਕਿ ਨਹੀਂ ਉਦੋਂ ਦੇ 뮤직 ਤੇ ਅੱਜ ਦੇ 뮤직 ਦੇ ਵਿੱਚ ਕਿੰਨਾ ਗੰਤਰ ਹੈਗਾ ਮੇਰੇ ਖਿਆਲ ਦੇ ਵਿੱਚ 뮤직 ਪਹਿਲਾਂ ਵੀ ਅੱਛਾ ਆਉਂਦਾ ਰਿਹਾ ਹਾਂ ਜਿਸ ਤਰ੍ਹਾਂ ਮੇਰੀ ਸ਼ੁਰੂਆਤ ਦੇ ਦੌਰ ਦਾ ਮੈਂ ਵੇਖਾਂ ਤਾਂ ਗਾਣੇ ਚੰਗੇ ਹੁੰਦੇ ਸੀ ਲੇਕਿਨ ਇਹ ਕੁਝ ਇੱਕ ਦੌਰ ਥੋੜਾ ਜਿਆਦਾ ਇਸ ਤਰ੍ਹਾਂ ਦਾ ਵੀ ਰਿਹਾ ਜਦੋਂ ਪਾਕਿਸਤਾਨੀ ਗਾਣੇ ਇਸਤੇਮਾਲ ਕਾਫੀ ਹੁੰਦੇ ਸੀ ਜੀ ਜਦੋਂ ਆਪਣੇ ਆਪ ਇੱਥੋਂ ਦੇ ਗਾਣੇ ਖੁਦ ਲਿਖ ਕੇ ਔਰ ਇੱਥੇ ਰਿਕਾਰਡਿੰਗ ਹੁੰਦੀ ਸੀ ਤਾਂ ਚੰਗੇ ਹੀ ਹੁੰਦੇ ਸੀ ਉਹ ਜੱਟਾਂ ਦੇ ਬੁਲਾਉਂਦੇ ਬੱਕਰੇ ਉਸ ਦੌਰ ਦਾ ਬਹੁਤ ਵਧੀਆ ਗਾਣੇ ਜੱਟ ਜਿਹਦੇ ਵਿਉਣੀ ਆਪਣੀ ਸਾਡਾ ਇੱਕ ਹੋਰ ਬਹੁਤ ਅੱਛਾ ਉਹ ਕਾਫੀ ਮੀਰੀਆਂ ਫਿਲਮਾਂ ਦੇ ਗਾਣੇ ਚੰਗੇ ਹੁੰਦੇ ਨੇ ਮਤਲਬ ਹੁਣ ਇਨਸਟਰੂਮੈਂਟ ਬਦਲ ਗਈ ਗਾਣੇ ਹਰ ਲਾਈਨ ਚ ਹਰ ਕੰਮ ਚ ਟੈਕਨੀਕ ਦਾ ਦਾ ਬਦਲਾਵ ਆਇਆ ਹੀ ਹੈ ਬਿਲਕੁਲ ਹੀ ਬਿਲਕੁਲ ਗਾਉਣ ਵਾਲਿਆਂ ਦਾ ਉਹ ਤਰੀਕੇ ਥੋੜੇ ਜਿ ਬਦਲ ਗਏ ਕਿਉਂਕਿ ਹੁਣ ਹਿੰਦੀ ਪੰਜਾਬੀ ਦਾ ਕੋਈ ਲੰਮਾ ਚੌੜਾ ਫਰਕ ਹੈ ਨਹੀਂ ਬੋਲਣ ਦਾ ਜ਼ੁਬਾਨ ਦਾ ਹੀ ਥੋੜਾ ਜਿਹਾ ਫਰਕ ਹੈ ਜੀ ਔਰ ਉਹਦਾ ਸਾਡੀ ਇੰਡਸਟਰੀ ਤੇ ਵੀ ਅੱਛਾ ਪੈ ਰਿਹਾ ਹੈ ਕਿਉਂਕਿ ਉੱਥੋਂ ਦੇ ਲੋਕ ਇੱਥੇ ਕੰਮ ਕਰ ਰਹੇ ਇੱਥੋਂ ਵੀ ਉੱਥੇ ਕਰ ਰਹੇ ਹੈ ਬਸ ਮੇਰੇ ਖਿਆਲ ਦੇ ਵਿੱਚ ਥੋੜਾ ਇਲਾਕੇ ਦਾ ਤੇ ਜ਼ੁਬਾਨ ਦਾ ਹੀ ਫਰਕ ਹੈ ਨਾ ਤਾਂ ਕਿ ਸਾਡਾ ਸਰ ਵੀ ਹਿੰਦੀ ਵਾਲਿਆਂ ਨੂੰ ਬਹੁਤ ਵਧੀਆ ਮਤਲਬ ਹਰ ਬਾਲੀਵੁੱਡ ਦੀ ਪਿਕਚਰ ਪੰਜਾਬੀ ਗਾਣਾ ਪੰਜਾਬੀ ਗਾਣੇ ਬਗੈਰ ਕੋਈ ਹੁੰਦੀ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਤੇ ਹੁਣ ਐਦਾਂ ਹੈ ਕਿ ਮੈਨੂੰ ਇਹ ਕਿਉਂ ਲੱਗ ਰਿਹਾ ਵੀ ਆਪਣੇ ਸਾਰਿਆਂ ਦੇ ਵਿਚਕਾਰ ਇੱਕ ਸਿੰਗਰ ਵੀ ਬੈਠਾ ਕਿਤਾ ਨਾ ਕਿਤੇ ਇਹ ਤਾਂ ਢਿੱਲੋ 뮤직 ਦੇ ਨਾਲ ਆਣ ਵਾਲੇ ਆ ਮੈਂ ਅੱਜ ਇਹਨਾਂ ਨੂੰ ਕਹਿ ਰਿਹਾ ਭਾਈ ਤੁਸੀਂ 뮤직 ਕੰਪਨੀ ਬਣ ਲੋ ਤੇ ਮੇਰੇ ਤੋਂ ਮੱਪ ਮਾਰ ਲੱਗਿਆ ਭਾਈ ਆਓ ਢਿੱਲੋ 뮤직 ਦੇ ਵਿੱਚ ਆਪਣੀ 뮤ਜ਼ਿਕ ਕੰਪਨੀ ਤੁਸੀਂ ਸ਼ੁਰੂ ਕਰੋ ਮੈਨੂੰ ਇਹਦਾ ਗਾਣਾ ਬੜਾ ਵਧੀਆ ਲੱਗਦਾ ਸੀ ਕੱਚੇ ਨੇ ਕੱਚ ਉਤੇ ਨਾ ਜਿਹੜਾ ਅਜ਼ਮਾ ਹੋਰ ਨਾਜ਼ਮਾ ਉਹਦਾ ਫੀਲ ਹੈ ਗਾਣੇ ਚ ਬੜਾ ਵਧੀਆ ਜੱਸੀ ਵੀਰ ਨੇ ਬਹੁਤ ਵਧੀਆ ਗਾਉਂਦਾ ਤਾਂ ਹੈਗੀ ਤੇ ਸਾਡਾ ਰੋਮਾਂਟਿਕ ਹੀਰੋ ਹੈ ਜੀ ਸਾਡਾ ਭਰਾ ਛੋਟਾ ਆਉਣ ਵਾਲਾ ਤੇ ਬਹੁਤ ਵਧੀਆ ਕੰਮ ਕੀਤਾ ਜੀ ਤੇ ਨਾਲ ਦੇ ਨਾਲ ਭਾਜੀ ਹੁਣ ਏਦਾਂ ਕੀ ਥੀਏਟਰ ਤੁਸੀਂ ਜਦੋਂ ਸ਼ੁਰੂ ਤੋਂ ਜੁੜੇ ਹੋਏ ਹੋ ਥੀਏਟਰ ਨਾਲ ਕਿ ਨਹੀਂ ਥੀਏਟਰ ਵਿੱਚ ਹੁਣ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਗਾਇਕੀ ਦੇ ਗੁਣੇ ਮਾੜੇ ਮਾੜੇ ਤੇ ਬਸ ਇਹ ਸਾਰਾ ਸਾਰਾ ਉਧਰੋਂ ਆ ਗਏ ਹਾਂਜੀ ਹਾਂ ਕਲਾਪ ਬਸ ਵੱਜਣ ਵਾਲੀ ਹੈ ਭਾਜੀ ਦੱਸੋ ਇਹਨਾਂ ਨੇ ਕਹਿ ਕਿਉਂ ਕਿ ਲਾ ਦੇਣੇ ਆ ਜੀ ਜਿਹੜੇ ਚਾਰ ਪੈਸੇ ਇਕੱਠੇ ਕੀਤੇ ਲਵਾਉਣ ਭਾਜੀ ਗਾਇਕੀ ਵਾਲਾ ਦੂਰ ਹੀ ਹੈ ਜੀ ਤੂੰ ਲੈਣਾ ਭਾਜੀ ਦੋ ਕੁ ਲੈਣਾ ਭਾਜੀ ਗਾਉਣਾ ਨਹੀਂ ਆਉਂਦਾ ਜੀ ਸੱਚੀ ਨਹੀਂ ਗਾਉਣਾ ਦੱਸ ਕਿਸੇ ਵੀ ਗਾਣੇ ਦੀ ਜਿਹੜੇ ਗੁਣਗਣਾਉਂਦੇ ਭਾਜੀ ਕਿਹੜਾ ਗਾਣਾ ਗੁਣਗਣਾਉਂਦੇ ਇਹ ਮੈਂ ਥੋੜਾ ਜਿਹਾ ਮੈਂ ਦੇਖੋ ਮੈਂ ਵੀ ਸਿਰੇ ਦਾ ਬੇਸੁਰਾ ਬਟ ਦੋ ਬੇਸੁਰੇ ਇਕੱਠੇ ਹੋ ਗਏ ਮੈਂ ਥੋੜਾ ਜਿਹਾ ਭਾਜੀ ਨੂੰ ਹੌਸਲਾ ਅਫਜ਼ਾਈ ਦੇ ਦੇਣਾ ਕਿ ਭਾਜੀ ਚੰਗੇ ਸਿੰਗਰ ਹੈ ਭਾਜੀ ਚੰਗੇ ਸਿੰਗਰ ਹੈ ਟਿਲਿਓ ਮਿਊਜ਼ਿਕ ਤੇ ਭਾਜੀ ਦਾ ਗਾਣਾ ਬਣਦਾ ਉਹ ਮੇਰਾ ਵੀ ਪਰਸਨਲ ਫੇਵਰਿਟ ਗਾਣਾ ਹੈ ਕਿ ਕੱਚ ਅਨੇ ਕੱਚ ਉਤੇ ਨੱਚ ਕੇ ਵਿਖਾਤਾ ਵੇ ਲੋਕੇਸ਼ਨਸ ਦੀ ਆਪਾਂ ਗੱਲ ਕਰੀਏ ਪੰਘਜ ਬਾਈ ਤਾਂ ਲੋਕੇਸ਼ਨਸ ਕਿਦਾਂ ਚੂਜ਼ ਕਰੀਆਂ ਗਾਣੇ ਦੇ ਮੁਤਾਬਿਕ ਜਾਂ ਫਿਰ ਸਟੋਰੀ ਕਿਦਾਂ ਮਤਲਬ ਨਾ ਨਾ ਮੇਰੇ ਤਾਂ ਲੋਕੇਸ਼ਨਸ ਦਾ ਬੜਾ ਸਿੰਪਲ ਹੈ ਕਿ ਕਨਸੈਪਟ ਕੈਰੈਕਟਰਸ ਔਰ ਮੇਰੇ ਗਾਣੇ ਹਮੇਸ਼ਾ ਕੋਸ਼ਿਸ਼ ਇਹ ਹੁੰਦੇ ਹੈ ਕਿ ਫਿਲਮ ਤੋਂ ਅਲੱਗ ਨਹੀਂ ਦਿਖਣੇ ਚਾਹੀਦੇ ਓਕੇ ਜਿਸ ਕਿਸਮ ਦੇ ਕੈਰੈਕਟਰਸ ਹੈ ਜਿਸ ਕਿਸਮ ਦੇ ਕੈਰੈਕਟਰਸ ਟੇੜੀ ਲੋਕੇਸ਼ਨਸ ਤੇ ਹੋਣੇ ਚਾਹੀਦੇ ਆ ਜੀ ਉਦੇ ਆਸ-ਪਾਸ ਮੈਨੂੰ ਹਮੇਸ਼ਾ ਲੱਗਦਾ ਹਰ ਲੋਕੇਸ਼ਨ ਹਰ ਮਤਲਬ ਹਰ ਜਗ੍ਹਾ ਦੀ ਆਪਣੀ ਖੂਬਸੂਰਤੀ ਹੁੰਦੀ ਹੈ ਹਾਂਜੀ ਹਾਂ ਸਹੀ ਗੱਲ ਦੇਖਣ ਵਾਲੀ ਅੱਖਾਂ ਚਾਹੀਦੀਆਂ ਬਸ ਸਹੀ ਮੈਂ ਫਰਸਟ ਟਾਈਮ ਬਟਿੰਡੇ ਗਾਣਾ ਸ਼ੂਟ ਕੀਤਾ ਮੈਂ ਹੈਰਾਨ ਆ ਬਟਿੰਡਾ ਸ਼ਹਿਰ ਚ ਕਿਸੇ ਨੇ ਗਾਣਾ ਨਹੀਂ ਸ਼ੂਟ ਕੀਤਾ ਸਾਡਾ ਔਰ ਇੰਨਾ ਸੋਹਣਾ ਗਾਣਾ ਉਹ ਜਿਹੜਾ ਉੱਥੇ ਘਾਟੀ-ਗੁਟੀ ਪਾ ਹਾਂ ਜੇ ਹੋਰ ਜ਼ਰਾ ਹਾਂ ਰਾਈਟ ਕੋ ਕਿਲਾ ਵੀ ਉਹ ਹੋ ਗਿਆ ਨਾ ਔਰ ਇੰਨੀ ਉਹ ਪਵਿੱਤਰ ਲੋਕੇਸ਼ਨ ਹੈ ਵਾਕਏ ਜੀ ਵਾਕਏ ਵਾਕਏ ਬੜਾ ਹੀ ਅੱਛਾ ਲੱਗਦਾ ਸੋ ਆਈਡੀਆ ਇਹੀ ਸੀਗਾ ਕੇ ਕਰੈਕਟਰ ਉੱਥੇ ਦੀ ਹੈ ਸਾਰਾ ਕੁਝ ਉੱਥੇ ਦਾ ਦਿਖਾਇਆ ਹੈ ਉਥੋਂ ਇੱਕ ਜਰਨੀ ਦਿਖਾਈ ਹੈ ਡਿੰਡਾ ਤੋਂ ਚੰਡੀਗੜ੍ਹ ਵਾਸਤੇ ਬੱਸ ਵੀ ਕੋਈ ਆ ਨਹੀਂ ਲੁੱਤੀ ਐਸੀ ਬੱਸ ਜਿਹੜੀ ਬੱਸ ਹੁੰਦੀ ਹੈ ਜਿਹੜੀ ਬਸਾਂ ਤੇ ਆਪਾਂ ਦੇਸੀ ਸਫ਼ਰ ਕੀਤਾ ਹੈ ਪੰਜਾਬ ਰੋਡ ਵੇਜ਼ ਦੀ ਬੱਸ ਹੈ ਉਦਾਂ ਦੇ ਹੀ ਕਰੈਕਟਰਸ ਹੈ ਉਦਾਂ ਦੇ ਹੀ ਗਗੂ ਸਰ ਨੇ ਮਤਲਬ ਉਧਰ ਦਾ ਰੋਲ ਕੀਤਾ ਅੱਗੇ ਕੰਡਕਟਰ ਮਿਲਿਆ ਸੋ ਉਹ ਜਰਨੀ ਦੇ ਵਿੱਚ ਜੋ ਜੋ ਮਿਊਜ਼ਿਕ ਦਾ ਸਕੋਪ ਬਣਿਆ ਔਰ ਬਹੁਤ ਵਧੀਆ ਸਕੋਪ ਸੀਗਾ ਕਿਉਂਕਿ ਲਵ ਸਟੋਰੀ ਹੈ ਸੋ ਬੱਸ ਉਹ ਸਟੈਪ ਬਾਈ ਸਟੈਪ ਤੁਹਾਨੂੰ ਸਾਰੇ ਜ਼ੋਨਸ ਮਿਲਣਗੇ ਇੱਕ ਬੱਚੇ ਨੇ ਬੜਾ ਅੱਛਾ ਕੰਮ ਕੀਤਾ ਅਨਮੋਲ ਅਨਮੋਲ ਨਾਮ ਹੈ ਮੁੰਡੇ ਦਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਹਾਂਜੀ ਹਾਂਜੀ ਕੀ ਬਾਤ ਹੈ ਅਨਮੋਲ ਦਾ ਜ਼ਿਕਰ ਵੀ ਅੱਛੇ ਹੋਇਆ ਤੇ ਬਾਕੀ ਹੁਣ ਜੇ ਸਾਰੀ ਫਿਲਮ ਦੇਖਣੀ ਹੈ ਤਾਂ 9 ਅਕਤੂਬਰ ਮਿਸ ਨਾ ਕਰਿਓ ਜੀ 9 ਅਕਤੂਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਦਿਲਦਾਰੀਆਂ ਤੇ ਹਵਾ ਦੇ ਬੁੱਲੇ ਵਾਂਗੂ ਬਾਈ ਦੱਸ ਰਹੇ ਕਿ ਜਿੱਦਾਂ ਇਦਾਂ ਹਵਾ ਦਾ ਬੁੱਲਾ ਆਏਗਾ ਉਦਾਂ ਦਾ ਗਾਣੇ ਆਪਣੇ ਮਾਹੌਲ ਵਿੱਚ ਚੱਲੀ ਆਏਗੇ ਨਹੀਂ ਬਿਲਕੁਲ ਤੇ ਗੁੱਗੂ ਭਾਈ ਤੁਹਾਡਾ ਮਤਲਬ ਫੇਵਰਟ ਗਾਣਾ ਇਹਨਾਂ ਵਿੱਚੋਂ ਇਹਨਾਂ ਨੇ ਤਾਂ ਆਪਣਾ ਬਣਾ ਲਿਆ ਮੇਰੇ ਤਾਂ ਉਹ ਜਿਹੜਾ ਆਪਾਂ ਕਿਲੇ ਚ ਕੀ ਕੀਤਾ ਤਾਂ ਗਾਟੀ ਆ ਜਾ ਗਾਟੀ ਪਾ ਲਈਏ ਉਹ ਬਹੁਤ ਵਧੀਆ ਲੱਗਦਾ ਦੇਖੋ ਜੀ ਸਾਡੇ ਜੋ ਸਭ ਤੋਂ ਜਵਾਨ ਗੁੱਗੂ ਭਾਈ ਜੀ ਹੈ ਸਭ ਤੋਂ ਵਾਈਬਰੈਂਟ ਗਾਣਾ ਭਾਈ ਨੂੰ ਲੱਗਦਾ ਨਹੀਂ ਯਾਰ ਹੈਪੀਨੈਸ ਹੋਣੀ ਚਾਹੀਦੀ ਹੈ ਐਂਟਰਟੇਨਮੈਂਟ ਹੋਣਾ ਚਾਹੀਦਾ ਹੈ ਮਤਲਬ ਪੂਰਾ ਜਵਾਨੀ ਉਮਰਾਂ ਦੀ ਮਹਤਾਜ ਨੇ ਹਾਂ ਇਹ ਕੀ ਬਾਤ ਹੈ ਭਾਈ ਅਮੋਸ਼ਾ ਕਹਿੰਦੇ ਗੱਜ-ਬੱਜ ਕੇ ਕੰਮ ਹੋਣਾ ਚਾਹੀਦਾ ਚੱਕ ਕੇ ਰੱਖੋ ਮੈਂ ਮੇਗਾਲਦਾ ਸਾਂ ਆਪਾਂ ਉਹਨਾਂ ਬਜ਼ੁਰਗਾਂ ਦੇ ਔਲਾਦ ਆਂ ਜਿਹੜੇ 80-80 ਸਾਲ ਦੀ ਉਮਰ 'ਚ ਚਿੱਟਿਆਂ ਦਾੜਿਆਂ ਨਾਲ ਯੁੱਧ ਲੜਦੇ ਰਹੇ ਤੇ ਸੀਸ ਟੜੀ ਤੇ ਰੱਖ ਕੇ ਲੜਿਆ ਔਰ ਉਹ ਉਹ ਉਸ ਉਮਰ 'ਚ ਮੇਰੇ ਖਿਆਲ 'ਚ ਜਵਾਨਾਂ ਤੋਂ ਵੀ ਜਵਾਨ ਸੀ ਤੇ ਜੇ ਉਹ ਯਾਦ ਕਰ ਲਈਏ ਤਾਂ ਆਪਾਂ ਕਦੇ ਬੁੱਢੇ ਹੋ ਹੀ ਨਹੀਂ ਸਕਦੇ ਕਦੇ ਨਹੀਂ ਹੋ ਸਕਦੇ ਆ ਤੁਸੀਂ ਇੱਕ ਬਹੁਤ ਬੀਨੂ ਪਾਜੀ ਬਹੁਤ ਵੱਖਰੀ ਗੱਲ ਕੀਤੀ ਮੇਰੇ ਖਿਆਲ 'ਚ ਕਿ ਨਹੀਂ ਨਹੀਂ ਬੰਦਾ ਕੋਈ ਹੋਰ ਰੁਖ ਦੀ ਗੱਲ ਤੋੜ ਲੰਦਾ ਪਰ ਇਹਨਾਂ ਨੇ ਆਪਣੇ ਸ਼ਹੀਦਾਂ ਦੀ ਜਿਹੜੀ ਗੱਲ ਛੇੜੀ ਆ ਬਿਲਕੁਲ ਉਹ ਉਹ ਦਾੜੇ ਨਾਲ ਜਦੋਂ ਉਹਨਾਂ ਦੇ ਖੂਨ ਵਿੱਚ ਜਜ਼ਬਾ ਸੀਗਾ ਜੋਸ਼ ਸੀਗਾ ਤਾਂ ਆਪਾਂ ਕਹਾਂ ਤਾਂ ਰੱਖ ਸਕਦੇ ਆਂ ਆਪਾਂ ਉਹਨਾਂ ਦੇ ਬੱਚੇ ਆਂ ਤੇ ਆਪਾਂ ਬੁੱਢੇ ਹੋਈ ਨਹੀਂ ਸਕਦੇ ਬਿਲਕੁਲ ਕਮਾਲ ਤੁਸੀਂ ਇੱਥੇ ਗੱਲ ਕੀਤੀ ਹੈ ਦੋਸਤੋ ਗੱਲਾਂ ਬਹੁਤ ਹੀ ਕਮਾਲ ਦੀਆਂ ਇੱਥੇ ਹੋ ਰਹੀਆਂ ਨੇ ਫਿਲਮ ਦਿਲਦਾਰੀਆਂ ਦੀਆਂ ਗੱਲਾਂ ਵੀ ਇੱਥੇ ਚੱਲਦੀਆਂ ਪਈਆਂ ਨੇ 9 ਅਕਤੂਬਰ ਫਿਰ ਤੋਂ ਤੁਹਾਨੂੰ ਯਾਦ ਕਰਾ ਦਈਏ ਇੱਕ ਨਿੱਕੀ ਜਿਹੀ ਫ੍ਰੀ ਬ੍ਰੇਕ ਰੰਨੇ ਆ ਬ੍ਰੇਕ ਤੋਂ ਬਾਅਦ ਹੋਰ ਬੜੀਆਂ ਵਧੀਆਂ ਗੱਲਾਂ ਮਿਸ ਨਹੀਂ ਕਰਨੀਆਂ ਮਿਲਦੇ ਆਂ ਜੀ ਬ੍ਰੇਕ ਤੋਂ ਬਾਅਦ वेलकम बैक फ्रेंड्स ਤੁਸੀਂ ਵੇਖ ਰਹੇ ਹੋ ਪੀਟੀਸੀ ਸ਼ੋਕੇਸ ਤੇ ਮੁਲਾਕਾਤ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਕਰ ਰਹੇ ਜੀ ਦਿਲਦਾਰੀਆਂ ਟੀਮ ਦੇ ਇਸ ਖੂਬਸੂਰਤ ਤੇ ਜ਼ਬਰਦਸਤ ਜਿਹੜੀ ਸਟਾਰ ਕਾਸਟ ਹੈ ਜ਼ਬਰਦਸਤ ਵੀ ਕਹਿ ਸਕਦੇ ਆ ਗੱਲ ਕਰਦੇ ਆਂ ਸਟੋਰੀ ਦੀ স্ক্রিপਟ ਦੀ ਤੇ ਭਾਜੀ ਫੰਕਸ਼ ਭਾਈ ਜਿਨ੍ਹਾਂ ਨੇ ਲਿਖਿਆ ਤੇ ਫਿਰ ਕਿੰਨੀ ਜਾਨ ਪਾਈ ਇਹਦੇ ਵਿੱਚ ਮੁੰਡਾ ਜਗਦੀਪ ਸਿੰਘ ਸਿੱਧੂ ਨਾਮ ਦਾ ਜਿਹਨੇ ਪੂਰਾ ਕਨਸੈਪਟ ਸਟੋਰੀ স্ক্রিপਟ ਡਾਇਲੌਗਸ ਦਿੰਗੇ ওকে ਮਤਲਬ ਉਹਨੇ ਇੱਕ ਦੋ ਫਿਲਮਾਂ ਪਹਿਲੇ ਵੀ ਲਿਖਿਆ ਬਟ ਮੈਨੂੰ ਹਮੇਸ਼ਾ ਲੱਗਦਾ ਸੀਗਾ ਉਹਦੇ ਆਈਡੀਆ 'ਚ ਕੁਝ ਨਵਾਂਪਨ ਹੈ ਉਹਦੇ ਕੈਰੈਕਟਰਸ ਦੇ ਵਿੱਚ ਕੁਝ ਇੱਕ ਸੋਚ ਦੇ ਵਿੱਚ ਨਵਾਂਪਨ ਹੈ ਸੋ ਮੈਨੂੰ ਹਮੇਸ਼ਾ ਲੱਗਦਾ ਮੈਂ ਯਾਰ ਬਣਾਵਾ ਆਪਾਂ ਉਹਨੂੰ ਪਿਆਰ ਨਾਲ ਜੱਗੀ ਕਹਿੰਦੇ ਆ ਮੈਂ ਕਿ ਜੱਗੀ ਯਾਰ ਕਰਦੇ ਆ ਉਸ ਤੋਂ ਪਹਿਲੇ ਵੀ ਉਹਨੇ ਕੁਝ ਸਰਦੀ ਪਹਿਲੀ ਪਿੱਕਚਰ ਸੀ ਆਰਐਸਵੀਪੀ ਉਹਦੇ ਵੀ ਡਾਇਲੌਗਸ ਦੇ ਵਿੱਚ ਉਹ ਇਨਵੋਲਡ ਸੀਗਾ ਸੋ ਕਰਦੇ ਕਰਦੇ ਇੱਕ ਫਰੈਸ਼ਨੈਸ ਹੈ ਸਟੋਰੀ ਦੇ ਵਿੱਚ ਸੋ ਮੈਨੂੰ ਬਹੁਤ ਪਸੰਦ ਆਇਆ ਸੋ ਇਹ ਜਗਦੀਪ ਸਿੰਘ ਸਿੱਧੂ ਜੀ ਲਿਖੀ ਹੋਈ ਪਿੱਕਚਰ ਹੈ 올 ਰਾਈਟ ਡਾਇਲੋਗ ਸਕਰੀਨ ਤੇ ਸਾਰਾ ਉਹ ਨਹੀਂ ਚੋੜੀ ਬੀਜਿਆ ਸਭ ਕੁਝ ਸਭ ਕੁਝ ਓਕੇ ਤੇ ਬੀਨੂ ਭਾਈ ਜੀ ਤੁਹਾਡਾ ਫੇਵਰਿਟ ਡਾਇਲੋਗ ਹੋ ਜਾ ਫਿਰ ਜਿਹੜਾ ਡਾਇਲੋਗ ਦੀ ਗੱਲ ਚੱਲਦੀ ਹੈ ਉਹ ਤਾਂ ਕਾਫੀ ਅਜੀਬ ਤਰੀਕੇ ਨਾਲ ਤੁਰੇ ਜਾਂਦੇ ਹੋ ਚੀਕ ਜੀ ਮਾਰਦੀ ਹੈ ਕੁੜੀ ਮੈਂ ਉਹਨੂੰ ਨਾਲ ਹੀ ਮੇਰੇ ਤਾਂ ਮੇਰਾ ਤਾਂ ਆਪਦਾ ਸਿਸਟਮ ਹੋ ਰਹੀ ਹੈ ਨਾ ਮੈਂ ਉਹਨੂੰ ਨਾਲ ਹੀ ਮੁੰਡੇ ਨੂੰ ਕਹਾਂ ਨਾ ਮੁੰਡਾ ਨਾਲ ਬੈਠਾ ਬਸ ਕਰਤੀ ਨਾ ਮੈਂ ਠੰਡੇ ਵਾਲੀ ਵਾਕਈ ਵਾਕਈ ਤਾਂ ਤੇ ਗਗੂ ਭਾਈ ਤੁਹਾਡਾ ਫੇਵਰਿਟ ਡਾਇਲੋਗ ਕਿਹੜਾ ਜੀ ਮੇਰਾ ਆਪਣਾ ਡਾਇਲੋਗ ਹੀ ਹੈ ਜਿਹੜਾ ਮ ਆਪਣੀ ਬੇਟੀ ਨਾਲ ਹੀ ਹੁੰਦਾ ਉਹ ਬੇਟੀ ਉਹਨੂੰ ਫੋਨ ਕਰਦੀ ਹੈ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ ਜੇ ਤੁਸੀਂ ਠੀਕ ਸਮਝੋ ਤਾਂ ਮੈਂ ਵਾਪਸ ਆ ਜਾ ਬਾਹਰ ਚਲੀ ਜਾਂਦੀ ਉਹ ਜਿੱਥੇ ਮੈਂ ਉਹਨੂੰ ਉਹਦੀ ਸ਼ਾਦੀ ਕਰਨੀ ਚਾਹੁੰਦਾ ਤਾਂ ਫਿਰ ਉਹ ਉਹਨੂੰ ਸਮਝਾਉਂਦਾ ਹੈ ਕਿ ਉਹ ਕਹਿੰਦਾ ਕਿ ਜਦ ਤੀਆਂ ਕਿਸੇ ਕੱਲ ਦੇ ਜਵਾਕ ਦੇ ਨਾਲ ਨਸ ਜਾਂਦੀਆਂ ਤਾਂ ਆਉਣ ਵਾਲੀਆਂ ਸੌ ਤੀਆਂ ਵਾਸਤੇ ਕਬਰਾਂ ਪੱਟ ਦਿੰਦੀਆਂ ਪਰ ਜੇ ਤੀਆਂ ਤੇਰੇ ਵਰਗੀਆਂ ਹੋਣ ਤਾਂ ਕਦੇ ਕਿਸੇ ਬਾਪ ਦੀ ਪੱਗ ਮੈਨੂੰ ਮੈੜਾ ਨਹੀਂ ਕਰ ਸਕਦੀਆਂ ਕੀ ਬਾਤ ਹੈ ਇਸ ਤਰ੍ਹਾਂ ਕਰਕੇ ਡਾਇਲੋਗ ਹੈ ਹੈ ਥੋੜਾ ਇਹ ਲੰਬਾ ਚੌੜਾ ਹੋਰ ਵੀ ਹੈ ਲੇਕਿਨ ਮੈਨੂੰ ਅੱਜ ਦੋਖ ਲੈਣਾ ਯਾਦ ਨੇ ਬਹੁਤ ਬੜਾ ਬਾ ਮਤ ਸਦ ਗੱਲ ਬਾਤ ਹੈ ਉੱਥੇ ਵਾਕਈ ਵਾਕਈ ਬਹੁਤ ਖੂਬਸੂਰਤ ਜੱਗੀ ਬਾਈ ਨੇ ਲਿਖਿਆ ਹੈਗਾ ਜਿਸ ਨੂੰ ਨਾ ਬਣਦੀ ਇੱਥੇ ਕਰਨੀ ਕਿ ਨਹੀਂ ਅਸਲ ਫਿਲਮ ਦੌਰਾਨ ਆਪਾਂ ਇਧਰੋਂ ਸ਼ੁਰੂ ਕਰਦੇ ਕਿ ਨਹੀਂ ਨਹੀਂ ਗੁੱਗੂ ਪਾਜ ਤੋਂ ਕਰਦੇ ਕੈਪਟਨ ਅਵਰਸ਼ਿਪ ਹਮੇਸ਼ਾ ਹੀ ਬੋਲਦੇ ਫਿਰ ਨਹੀਂ 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 ਕਿਉਂਕਿ ਇਸ ਵਾਰ ਹੁਣ ਏਦਾਂ ਦਾ ਜਿਹੜਾ ਕਿ ਉੱਥੋਂ ਨਹੀਂ ਨਹੀਂ ਮੈਂ ਸਭ ਤੋਂ ਆਖਰੀ ਚੀਜ਼ ਪਹਿਲਾ ਗੇਅਰ ਹੁਣ ਉੱਧਰੋਂ ਪਾਣਾ ਕਿ ਨਹੀਂ ਤੇ ਕੋਈ ਫਿਲਮਾਂ ਤਾਂ ਹੁਣ ਚੱਲਦੀ ਰਹਿੰਦੀ ਜਦੋਂ ਸੈੱਟ ਤੇ ਹੁੰਦੇ ਕਿ ਨਹੀਂ ਕਾਫੀ ਕਾਫੀ ਦਿਨ ਆਪਾਂ ਸਾਰੇ ਜਣੇ ਇਕੱਠੇ ਟਾਈਮ ਗੁਜ਼ਾਰਦੇ ਕੋਈ ਏਦਾਂ ਦੀ ਮੋਮੈਂ ਇਹ ਬੜੀ ਯਾਦਗਾਰ ਬਣ ਕੇ ਰਹਿ ਗਈ ਹੈ ਉੱਥੇ ਅਸਾ ਖੇਡਾ ਤੇ ਚੱਲਦੇ ਰਹਿੰਦਾ ਸੀ ਅ ਜ ਬਟਿੰਡਾ ਏਰੀਆ ਕਿਉਂਕਿ ਮੇਰੇ ਵਾਸਤੇ ਬੜਾ ਆਪਣਾ ਜਿਹਾ ਇਲਾਕਾ ਹੈ ਬਟਿੰਡਾ ਕਿਉਂਕਿ ਮੁਕਤਸਰ ਜ਼ਿਲ੍ਹਾ ਮੇਰਾ ਹੈ ਤੇ ਬਟਿੰਡਾ ਮੁਕਤਸਰ ਨਾਲ ਨਾਲ ਹੀ ਹੈ ਔਰ ਰਿਸ਼ਤੇਦਾਰੀਆਂ ਮੇਰੀ ਭੈਣ ਦਾ ਪਿੰਡ ਹੈ ਮੋਹਾਲਾ ਉੱਥੇ ਇਹਨਾਂ ਨੂੰ ਸ਼ੂਟਿੰਗ ਰੱਖ ਲੈ ਜਦੋਂ ਮੈਨੂੰ ਪਤਾ ਲੱਗਿਆ ਕਿ ਉੱਥੇ ਏਰੀਆ ਵੇਖਿਆ ਮੈਂ ਹਰ ਡਾਇਰੈਕਟਰ ਪ੍ਰੋਡਿਊਸਰ ਨੂੰ ਇਲਤਜਾ ਕਰਦਾ ਹੁੰਨਾ ਕਿ ਮੇਰੇ ਏਰੀਏ ਤੋਂ ਥੋੜਾ ਦੂਰ ਰੱਖਿਆ ਜੇ ਕਿਉਂਕਿ ਬੜਾ ਹੋਰ ਤਰ੍ਹਾਂ ਮਾਹੌਲ ਹੋ ਜਾਂਦਾ ਹੈ ਸਾਰਿਆਂ ਦੇ ਸਾਹਮਣੇ ਸ਼ੂਟਿੰਗ ਹੁੰਦੀ ਹੈ ਤਾਂ ਐਕਟ ਵੀ ਨਹੀਂ ਕੀਤਾ ਜਾਂਦਾ ਔਰ ਡਿਸਟਰਬੈਂਸ ਜ਼ਿਆਦਾ ਹੁੰਦੀ ਹੈ ਇਹ ਮੈਨੂੰ ਕਹਿੰਦੇ ਇੱਕ ਦਿਨ ਦਾ ਕੰਮ ਹੈ ਦੋ ਦਿਨ ਦਾ ਹੋਣਾ ਤਾਂ ਚਲੋ ਕੋਈ ਨਹੀਂ ਓਕੇ ਓਕੇ ਕਰ ਲਾਂਗੇ ਉਹ ਕਰ ਕਰਾ ਕੇ ਉੱਥੇ ਜਿੰਨਾ ਕੰਮ ਸੀ ਸਾਰਾ ਇਹਨਾਂ ਨੇ ਉੱਥੇ ਉੱਥੇ ਕਰਾਇਆ ਤੇ ਜਿੰਨੇ ਉੱਥੇ ਏਰੀਏ ਦੇ ਸੀਗੇ ਉਹ ਸਾਰੇ ਮਾਮਾ ਕਰਾਂ ਕੰਮ ਛੱਡ ਕਰਾਂ ਫੋਟੋ ਕਰਾ ਸਾਡੇ ਨਾਲ ਕਿਉਂਕਿ ਭੈਣ ਦਾ ਪਿੰਡ ਕਰਕੇ ਹੁਣ ਮੈਨੂੰ ਸਾਰੇ ਮਾਮਾ ਜੀ ਕਹਿੰਦੇ ਸੀ ਤਾਂ ਉਹ ਬਸ ਇਸ ਤਰ੍ਹਾਂ ਦਾ ਦੇਖੋ ਜੀ ਲੋਕੇਸ਼ਨ ਬਹੁਤ ਪਿਆਰੀ ਸੀ ਮੈਂ ਮੈਂ ਇਹ ਘਰ ਬਹੁਤ ਲੱਭ ਰਿਹਾ ਸੀਗਾ ਮੈਨੂੰ ਸਰ ਨੇ ਕਿਹਾ ਵੀ ਕੁਝ ਯਾਰ ਦੇਖ ਲੈ ਥੋੜਾ ਜਿਹਾ ਦੂਰ ਹਾਂ ਹਾਂ ਤੇ ਮੈਂ ਪੂਰਾ ਆਸੇ ਪਾਸੇ ਦਾ ਬਟੰਡੇ ਦਾ ਏਰੀਆ ਮੈਂ ਸੰਗਰੂਰ ਤੱਕ ਹੋਇਆ ਮੈਂ ਦੇਖ ਆਸੇ ਪਾਸੇ ਲੇ ਕੰਮ ਉੱਥੇ ਕਰਿਆ ਕਿ ਕੰਮ ਐਂਡ ਚ ਜਾ ਕੇ ਉਹ ਘਰ ਉਹ ਘਰ ਵੀ ਇਹਨਾਂ ਦੇ ਕੈਰੈਕਟਰ ਦਾ ਲੋਕੇਸ਼ਨ ਨਾ ਬੜੀ ਅੱਛੀ ਸੀ ਸੋ ਮੈਂ ਇਹਨੂੰ ਪਹਿਲਾਂ ਆਸੇ ਪਾਸੇ ਬਹੁਤ ਦੇਖਦੇ ਹਾਂ ਫਰਜੂਡ ਆਪਣੀ ਪਸੰਦ ਨਾ ਕਰਨ ਆਸਫਾ ਦੇਖ ਬਿਲਕੁਲ ਬਿਲਕੁਲ ਨਹੀਂ ਬਈ ਨਹੀਂ ਤੇ ਆਪਾ ਜੀ ਤੁਹਾਡੇ ਲਈ ਕੋਈ ਐਦਾਂ ਦੀ ਯਾਦਗਾਰ ਮੋਮੈਂਟ ਕਿ ਨਹੀਂ ਬਸ ਜਿਵੇਂ ਵਿੱਚ ਹਾਂਜੀ ਮੈਂ ਦੱਸਿਆ ਜਿਵੇਂ ਤੁਹਾਨੂੰ ਦੱਸਿਆ ਵੀ ਬੌਂਡਿੰਗਸ ਹੋ ਜਾਂਦੀਆਂ ਨੇ ਕੁਝ ਕਾਫੀ ਅਰਸਾ ਤੁਸੀਂ ਇਕੱਠੇ ਰਹਿਣਾ ਹੁੰਦਾ ਤਾਂ ਉਹ ਬੱਸ ਦੇ ਵਿੱਚ ਬਹੁਤ ਸੀਨ ਸੀਗੇ ਸਾਡਾ ਜਰਨੀ ਹੈ ਸਾਡੀ ਉੱਥੋਂ ਚੰਡੀਗੜ੍ਹ ਤੱਕ ਦੀ ਜੀ ਮਠੰਡੇ ਤਾਂ ਤੁਸੀਂ ਬਲੀਵ ਕਰੋ ਕਨੈਕਟਰ ਤਾਂ ਮੈਂ ਬਣਿਆ ਸੀ ਪਰ ਬੱਸ ਦਾ ਸੀ ਅਸਲੀ ਕਨੈਕਟਰ ਵੀ ਉਹਨਾਂ ਦੀ ਡਿਊਟੀ ਤੇ ਲਾਈ ਹੋਈ ਸੀ ਉਹਨਾਂ ਨੇ ਵੀ ਆਰਟੀਸੀ ਵਾਲਿਆਂ ਨੇ ਡਰਾਈਵਰ ਵੀ ਉਹਨਾਂ ਦਾ ਸੀ ਕਨੈਕਟਰ ਵੀ ਨਾ ਆਰਟੀਸੀ ਪਰ ਉਹ ਝੋਲਾ ਜੀ ਉਹਨਾਂ ਦਾ ਸੀਗਾ ਤੇ ਬੌਂਡਿੰਗ ਇੰਨੀ ਐ ਇੰਨੀ ਵਧੀਆ ਹੋ ਗਈ ਗਰਮੀ ਬਹੁਤ ਸੀਗੀ ਹੈ ਨਾ ਜੀ ਤੇ ਉਹ ਕੰਮ ਕੁੰਮ ਕਰਨਾ ਤੁਹਾਨੂੰ ਪਤਾ ਆਪਦੇ ਬੰਦੇ ਬਿਠਾਉਣਾ ਪਿੱਛੇ ਫਰੇਮ ਦੇ ਵਿੱਚ ਵੀ ਉਹੀ ਬੰਦਾ ਹਰ ਰੋਜ਼ ਉਹੀ ਚਾਹੀਦਾ ਜਿੰਨੇ ਕਿ ਜਾਨੇ ਜਾ ਰਿਹਾ ਜੇ ਰਸਤੇ 'ਚ ਉਤਰੇ ਬੰਦਾ ਤਾਂ ਵਿਚ ਵਿਚ ਦੀ ਹਰ ਰੋਜ਼ ਤਿੰਨ ਕਿ ਦਿਨਾਂ ਬਾਅਦ ਦੋ ਕਿ ਜਾਨੇ ਨਵੇਂ ਹੋਇਆ ਕਰਨ ਵਿੱਚ ਹੈ ਨਾ ਕੀ ਚੱਕਰ ਹੈ ਜਦੋਂ ਉਦੋਂ ਬਾਅਦ ਪਤਾ ਕੀ ਗੱਲ ਹੋਇਆ ਬਾਅਦ 'ਚ ਪਤਾ ਲੱਗਿਆ ਜਦੋਂ ਚੱਲਦੀ ਬੱਸ ਦੇ ਵਿੱਚ ਸੀਨ ਚੱਲ ਰਿਹਾ ਸਮਝ ਲਓ ਇਧਰ ਕੈਮਰਾ ਰੱਖਿਆ ਨਾਲ ਹੀ ਇੱਕ ਇੱਕ ਮਿੰਟ ਇੱਕ ਮਿੰਟ ਬਾਅਦ ਬਈਏ ਕਰਦੋ ਕਰਦੋ ਫੋਟੋ ਕਹਿੰਦੇ ਇਹ ਕੌਣ ਹੈ ਬਾਅਦ 'ਚ ਬਾਅਦ ਉਹਨਾਂ ਨੇ ਵੀ ਘਰ ਦੀ ਗੱਲੀ ਇਹ ਤਾਂ ਆਪਣੇ ਵਰਗੀ ਨੇ ਕਿ ਕਿਹੜਾ ਕੋਈ ਫਰਕ ਹੈ ਨਾ ਆਪਣੇ ਰਿਸ਼ਤੇਦਾਰ ਬੁਲਾਉਣ ਬੁਲਾਉਣੇ ਸ਼ੁਰੂ ਕਰਤੇ ਉਹਨਾਂ ਨੇ ਉਹ ਫੋਟੋ ਚੱਲਦੀ ਸੀ ਵਿਚਾਲੇ ਰੋਕ ਰੋਕ ਕੇ ਕਹਿੰਦਾ ਕੋਈ ਚੱਕਰ ਨਹੀਂ ਬਣਾਓ ਵਾਕਈ ਵਾਕਈ ਇਹ ਵੀ ਸਾਰਿਆਂ ਦਾ ਦਿਲ ਵੀ ਰੱਖਣਾ ਪੈਂਦਾ ਕਿ ਨਹੀਂ ਤੇ ਉਹਨਾਂ ਨਾਲ ਹੀ ਹੈ ਜੀ ਦਿਲਦਾਰੀਆਂ ਵੀ ਕੰਟੀਨਿਊ ਰੱਖਣੀ ਪੈਂਦੀਆਂ ਨੇ ਕਾਹੇ ਕੰਮ ਅੱਗੇ ਚੜਦਾ ਜੀ ਤੇ ਇਸ ਫਿਲਮ ਦੇ ਦੌਰਾਨ ਜੇ ਤੁਸੀਂ ਇੱਕ ਪਲ ਆਪਣੇ ਨਾਲ ਲੈ ਕੇ ਚੱਲੇਗੇ ਨੀ ਸਾਰੀ ਫਿਲਮ ਤਾਂ ਤੁਹਾਡੇ ਲਈ ਆਬਵੀਅਸਲੀ ਇੱਕ ਡਾਇਰੈਕਟਰ ਲਈ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਕੰਮ ਕਰਦੇ ਆ ਰਹੇ ਹੋ 2-4 ਮਹੀਨੇ ਤੋਂ ਤੇ ਬਾਅਦ ਚ ਵੀ ਤੁਸੀਂ ਕੰਮ ਕਰ ਕਿਹੜੇ ਇੱਕ ਮੂਮੈਂਟ ਹੈ ਜਿਹੜੀ ਕਿ ਤਾਂ ਉਮਰ ਤੁਸੀਂ ਨਾਲ ਰੱਖਣੀ ਹੈ ਇਸ ਫਿਲਮ ਦੀ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਯਾਦਗਾਰ ਮੂਮੈਂਟਸ ਹੁੰਦੀ ਹੈ ਕੁਝ ਹਰ ਫਿਲਮ ਚ ਮੇਰੇ ਵਾਸਤੇ ਬੜੀ ਇੰਟਰਸਟਿੰਗ ਮੂਮੈਂਟ ਸੀ ਕਿ ਜਿਸ ਇੱਕ ਸੀਨ ਤੇ ਮੈਂ ਬਹੁਤ ਜ਼ਿਆਦਾ ਐਕਸਾਈਟ ਹੋਇਆ ਕਿਰ ਨਹੀਂ ਇਹ ਪਿਕਚਰ ਬਣਨੀ ਚਾਹੀਦੀ ਹੈ ਅੱਛਾ ਜੀ ਉਹ ਸੀਨ ਮੈਂ ਸਰਨੂ ਵੀ ਆ ਕੇ ਜਦੋਂ ਸੁਣਾਇਆ ਤਾਂ ਸਰ ਨੇ ਵੀ ਕਿਹਾ ਕਿ ਮੈਨੂੰ ਮਤਲਬ ਇੱਕ ਪਿਆਰੂ ਤੇ ਦਾ ਰਿਲੇਸ਼ਨਸ਼ਿਪ ਹੈ ਔਰ ਬੜਾ ਅੱਛਾ ਔਰ ਬੜਾ ਫ੍ਰੈਂਡਲੀ ਔਰ ਬੜਾ ਇੱਜ਼ਤ ਵਾਲਾ ਰਿਲੇਸ਼ਨਸ਼ਿਪ ਹੈ ਕਿ ਭਈ ਇੱਕ ਬੜਾ ਔਰ ਮਾਰਜਿਨਸ ਰੱਖਿਓ ਹੈ ਸੋ ਉਹਦੇ ਵਿੱਚ ਜਦੋਂ ਕੁੜੀ ਜਾ ਰਹੀ ਹੁੰਦੀ ਹੈ ਬਾਹਰ ਤਾਂ ਇਹ ਇਹਨਾਂ ਦਾ ਬੜੀ ਅੱਛ ਮੇਰੀ ਉਹ ਪਰਸਨਲ ਫੇਵਰਿਟ ਲਾਈਨ ਹੈ ਕਿ ਭਈ ਮਤਲਬ ਉਹ ਸੀਨ ਹੈ ਕਿ ਤੀਏ ਤੂੰ ਹਮੇਸ਼ਾ ਮੇਰੀ ਮਾਨ ਰੱਖਿਆ ਤੇ ਮੈਂ ਚਾਹਨਾ ਕਿ ਤੂੰ ਮੇਰੀ ਸਿਰ ਤੇ ਅਜ ਪੱਕ ਬੰਨੇ ਅੱਛਾ ਜੀ ਔਰ ਉਸ ਤੋਂ ਬਾਅਦ ਬੜਾ ਅੱਛਾ ਮੂਵਮੈਂਟ ਹੈ ਜੋ ਮੇਰਾ ਅੱਜ ਵੀ ਮੇਰੇ ਰੌਂਗਟੇ ਖੜੇ ਹੋ ਜਾਂਦੇ ਹੈ ਕਿ ਜਦੋਂ ਉਹ ਕੁੜੀ ਸਰ ਦੇ ਪੱਗ ਬੰਦੀ ਹੈ ਬੜੀ ਵਧੀਆ ਭਾਜੀ ਖੜੇ ਹੁੰਦੇ ਆ ਅੱਖਾਂ 'ਚ ਖੰਜੂ ਹੁੰਦੇ ਆ ਉਹ ਕੁੜੀ ਨੂੰ ਗੱਲ ਲਾਉਂਦੇ ਆ ਕਿ ਸੋ ਬੜਾ ਅੱਛਾ ਮੂਵਮੈਂਟ ਆ ਉਹ मतलब मेरी शायद सब तो फेवरेट मोमेंट पिक्चर था मेरी मैं थे एहसास ਕਰ پا ਰਹੇ ਹਾਂ ਇਸ ਜਿਹੜੀ ਹਾਂ ਇੱਕ 30 ਜਿਹੜੀ ਆਪਣੇ ਫਿਰੋ ਦੇ ਚੰਤੇ ਪਾਗ ਦੇ ਪੱਗ ਨੂੰ ਕਦੇ ਲਾਜ ਮੈਂ ਮੈਂ ਹਜੇ ਤੱਕ ਦੇਖਿਆ ਨਹੀਂ ਹੈ मतलब ਮੈਨੂੰ ਯਾਦ ਨਹੀਂ ਪੈਂਦਾ ਕਿ ਇਸ ਕਿਸਮ ਦਾ ਕੋਈ ਵਿਜ਼ੂਅਲ ਪੰਜਾਬੀ ਪਿਕਚਰਾਂ ਚ ਹਜੇ ਕਿਤੇ ਹੋਏ ਉਹ ਲੜਕੀ ਨੇ ਗਾਮ ਵਧੀਆ ਕੀਤਾ ਉਹਨੇ ਵਿਚਾਰੇ ਸਾਗਰ ਕਰਨੇ ਬੜਾ ਹੀ ਅੱਛਾ ਕੰਮ ਕੀਤਾ ਮੈਨੂੰ ਕਹਿਣ ਲੱਗੇ ਕਿਉਂਕਿ ਸ਼ਾਇਦ ਮੈਨੂੰ ਲੱਗਦਾ ਉਹਨੇ ਕੰਪਲੀਮੈਂਟ ਦਿੱਤਾ ਇੱਕ ਤਰੀਕੇ ਨਾਲ ਮੈਂ ਕਹਿੰਦੇ ਤੁਹਾਡੇ ਬੇਟੀ ਹੈਗੀ ਹੈ ਤਾਂ ਮੈਂ ਕਹਿੰਨੀ ਬੇਟੀ ਹੀ ਹੈ ਤਾਂ ਉਹ ਮੈਨੂੰ ਐ ਲੱਗਿਆ ਵੀ ਸ਼ਾਇਦ ਉਹ ਉਹਨੂੰ ਸਾਡੇ ਉਹ ਜੇ కెਮਿਸਟਰੀ ਅੱਛੀ ਹੋ ਰਹੀ ਸੀ ਔਰ ਉਹਨੂੰ ਐ ਲੱਗਿਆ ਵੀ ਇੱਕ ਬਾਪ ਔਰ ਬੇਟੀ ਦਾ ਰਿਸ਼ਤਾ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਨਾ ਔਰ ਬੜੀ ਸਮਝਦਾਰ ਲੜਕੀ ਹੈ ਕਿਆ ਬਾਤ ਹੈ ਕਿਆ ਭਲੇ ਇਹ ਗੱਲਾਂ ਬਾਤਾਂ ਵਿੱਚ ਵੀ ਦਿਲਦਾਰੀਆਂ ਦੇ ਵੱਖ-ਵੱਖਰੇ ਜਿਹੜੇ ਇਮੋਸ਼ਨਸ ਆ ਨਿਕਲ ਕੇ ਆ ਰਹੇ ਆ ਤਾਂ 9 ਅਕਤੂਬਰ ਮੈਂ ਬਾਰ-ਬਾਰ ਯਾਦ ਕਰਾ ਰਿਹਾ ਤੁਹਾਨੂੰ ਭੁੱਲਿਓ ਨਾ ਜੀ ਤੇ ਜਾਂਦੇ ਜਾਂਦੇ ਹੁਣ ਆਪਾਂ ਵੀਰੂ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਾਂਗੇ ਅੱਗੇ ਹੋਰ ਕਿਹੜੇ-ਕਿਹੜੇ ਤੁਹਾਡੇ ਪ੍ਰੋਜੈਕਟਸ ਆਰੇ ਫਿਊਚਰ ਦੀ ਜੇ ਆਪਾਂ ਗੱਲ ਕਰੀਏ ਇਸ ਪ੍ਰੋਜੈਕਟ ਬਾਰੇ ਮੈਂ ਪੰਕਜ ਜੀ ਨਾਲ ਹੀ ਕੀਤਾ ਜੀ ਹੁਣ ਗਾਂ ਵਾਲਾ ਪ੍ਰੋਜੈਕਟ ਨੀਰੂਬਾਜ ਬਾਈ ਉਹਨਾਂ ਦਾ ਇਹ ਪ੍ਰੋਡਕਸ਼ਨ ਹੈ ਜੀ ਪਹਿਲੀ ਪ੍ਰੋਡਕਸ਼ਨ ਉਹਨਾਂ ਦੀ ਨੀਰੂਬਾਜ ਬਾਈ ਜੀ ਨੇ ਆਪ ਕੀਤਾ ਜੀ ਉਹਦੇ ਚ ਕਾਫੀ ਲੈਂਥੀ ਕਰੈਕ ਕੰਬਲੀ ਯਾਰ ਦੀ ਜੇ ਫ फेब्रुवारी ਦੇ ਵਿੱਚ ਰਿਲੀਜ਼ ਹੈ ਜੀ ਤੇ ਉਸੇ ਤੇ ਵਰਕ ਕੀਤਾ ਜੀ ਹੋਰ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਇਹਨੂੰ ਐ ਪੁੱਛੋ ਵੀ ਤੁਸੀਂ ਕਿਹੜੀ ਚਿਹਣੀ ਇਹ ਗੱਲ ਮੈਂ ਬਗੈਰ ਕੋਈ ਮੇਰੇ ਖਿਆਲ ਚ ਫਿਲਮ ਨਹੀਂ ਕੀਆ ਬਸ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਪਰ ਨਹੀਂ ਮੈਂ ਬਾਹਰ ਕਿਹਾ ਸੀਗਾ ਕਿ ਜੇ ਤੁਹਾਨੂੰ ਕੋਈ ਫਿਲਮ ਬਾਰੇ ਪੁੱਛੇ ਆਪਾਂ ਗੱਲ ਸਿਰਫ ਅਗਲੀ ਆਪਣੀ ਪਿੱਚੜਨੀ ਕਰਨੀ ਹੈ ਹੋਰ ਅੱਗੇ ਬਾਤ ਜਾਣਾ ਹੀ ਨਹੀਂ ਹੈ ਜੀ ਭਾਜੀ ਜਾਦੇ ਨਹੀਂ ਕੀਤਾਗਾ ਭਾਜੀ ਗ੍ਰੇਸ ਆਫ ਗੋਡ ਲਾਈਕ ਵਿੱਚ ਜਿੰਨੀਆਂ ਕਿ ਚ ਕਰਦਾ ਜੀ ਮਹਾਰਾਜ ਉਹਨੂੰ ਭਾਗ ਲਾਉਂਦਾ ਜੀ ਥੋੜੀਆਂ ਜਿਹੀ ਉਹਨਾਂ ਚ 60% 70% ਤੱਕ ਪਾਸ ਹੋ ਜਾਂਦੀਆਂ ਹਨਾ ਜੀ ਤਾਂ ਕਿ ਬਾਬੇ ਦੀ ਬੜੀ ਮਿਹਰ ਹੈ ਮਾਰਾ ਦੀ ਕਾਲ ਬੋਲਦੀ ਬੜੀ ਮਿਹਰ ਹੈ ਜੀ ਬਿਲਕੁਲ ਤੇ ਮਿਹਰ ਵੀ ਹੈ ਤੇ ਤੁਸੀਂ ਉਹਨੂੰ ਸੰਭਾਲ ਕੇ ਰੱਖਿਆ ਉਸ ਮਿਹਰ ਨੂੰ ਸੰਭਾਲਣਾ ਵੀ ਇੱਕ ਬਹੁਤ ਵੱਡੀ ਜੀ ਬਹੁਤ ਵਾਹਿਗੁਰੂ ਦੀ ਕਿਰਪਾ ਹੀ ਹੈ ਜੀ ਬਸ ਸਾਡੀਆਂ ਤਾਂ ਨਲਾਇਕੀਆਂ ਨੇ ਇਨਸਾਨ ਤਾਂ ਨਲਾਇਕੀ ਹੀ ਕਰਦਾ ਰਹਿੰਦਾ ਹੈ ਨਾ ਜੋ ਵਾਹਿਗੁਰੂ ਦੀ ਉਹ ਕਿਰਪਾ ਹੁੰਦੀ ਜਦੋਂ ਹੁੰਦੀ ਹੈ ਜੀ ਬਿਲਕੁਲ ਸਹੀ ਗੱਲ ਹੈ ਤੇ ਪੰਖਤ ਭਾਜੀ ਤੁਸੀਂ ਅੱਗੇ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਲੈ ਕੇ ਆ ਰਹੇ ਹੋ ਇਹ ਤੁਹਾਨੂੰ ਮੈਂ ਜਿਹੜਾ ਬੀਰੂ ਭਾਈ ਨੇ ਕਿਹਾ ਇਹ ਤਾਂ ਪੰਜ ਛੇ ਮਤਲਬ ਬਦਲ ਲੈਣਾ ਲੈਣੀ ਲੈਣਾ ਨਾਲ ਦੀ ਨਾਲ ਚਲੋ ਉੱਥੋਂ ਸ਼ੁਰੂ ਕਰੋ ਸਾਰੀ ਗੱਲ ਪੰਜ ਛੇ ਮਿਲਵਾ ਕਰਤਾ ਹੈ ਮੈਂ ਡਾਇਰੈ ਜਨੂ ਕੰਮ ਲਈ ਆ ਰਹੀ अगेन द ਬੜਾ ਹੀ ਡਿਫਰੈਂਟ ਕਨਸੈਪਟ ਚ ਹੈ। ਇਹ ਕੰਪਲੀਟ ਹੋ ਚੁੱਕੀ ਐ ਫਿਲਮ ਹਾਂਜੀ। ओके। ਸੋ ਉਸ ਟੂ ਬੀ ਕੋਸ਼ਿਸ਼ ਕੀਤੀ ਹੈ ਕਿ ਕੁਝ ਅਲੱਗ ਤਰੀਕੇ ਨਾਲ ਗੱਲ ਕਹੀ ਜਾਏ ਔਰ ਆਪਣੀ ਗੱਲ ਕਹੀ ਜਾਏ। ਇਹਦੇ ਲਈ ਵੀ ਤੁਹਾਨੂੰ ਬੈਸਟ ਆਫ ਲੱਕ ਹੈ ਜੀ ਕਿ ਆਉਣ ਵਾਲੀ ਫਿਲਮ ਲਈ। ਗਗੂ ਬਾਜੇ ਹੁਣ ਤੁਹਾਨੂੰ ਫਿਰ ਕਿਹੜੀ ਹੋਰ ਫਿਲਮ ਦੇ ਵਿੱਚ ਕਿਦਾਂ ਦੇ ਕੈਰੈਕਟਰ ਦੇ ਵਿੱਚ ਦੇਖੋਗੇ ਆਡੀਅנס ਜੀ ਵੈਗੁਰਦੀ ਮੇਰਸਦ ਕਾ ਹੁਣ ਸਾਡੇ ਵਾਲੇ ਸਟਾਈਲ ਦੀਆਂ ਕਾਫੀ ਫਿਲਮਾਂ ਬਣ ਰਹੀਆਂ ਐ ਔਰ ਜਿਸ ਤਰ੍ਹਾਂ ਇਹ ਨੌ ਨੂ ਰਿਲੀਜ਼ ਐ ਇੱਕ 22 ਤਰੀਕ ਨੂੰ ਸਾਡੀ ਅੱਛੀ ਫਿਲਮ ਰਿਲੀਜ਼ ਐ ਸ਼ਰੀਕ ਬਹੁਤ ਵਧੀਆ ਔਰ ਉਮੀਦ ਸਾਨੂੰ ਅੱਛੀ ਐ ਇਨਾਂ ਦੋਆਂ ਫਿਲਮਾਂ ਤੋਂ ਬਿਲਕੁਲ ਤੇ ਆਉਣ ਵਾਲੇ ਸਮੇਂ ਚ ਕਾਫੀ ਹੋਰ ਫਿਲਮ ਐ ਇੱਕ ਗੱਲਬਾਤ ਚੱਲ ਰਹੀ ਐ ਪੰਜ ਚਾਰ ਫਿਲਮਾਂ ਦੀ ਮੇਰੇ ਖਿਆਲ ਸਾਰੀਆਂ ਫਾਈਨਲ ਹੋ ਜਾਣੀਆਂ ਅੱਜ ਸਵੇਰ ਚ ਵਾਹਿਗੁਰੂ ਉਹਨਾਂ ਦੇ ਵਿੱਚੋਂ ਇੱਕ ਦਾਣਾ ਐ ਕੁੱਤਿਆਂ ਵਾਲੇ ਸਰਦਾਰ ਅੱਛਾ ਜੀ ਹਾਂ ਜੀ ਇੱਕ ਜੜ ਤੇ ਜ਼ਮੀਨ ਪਾਰਟ 2 ਅੱਛਾ ਜੀ ਹਾਂ ਜੀ ਵੈਰੀ ਇਸ ਤਰ੍ਹਾਂ ਕਰ ਕਾਫੀ ਹੈਗੀ ਚਲੋ ਜੀ ਗੁੱਗੂ ਬਾਜੀ ਵਾਸਤੇ ਇੱਕ ਬੜੀ ਵੱਡਾ ਕੰਪਲੀਮੈਂਟ ਹੈ ਜੀ ਦੇ ਲੋ ਉਦੋਂ ਦੇ ਲੱਗੇ ਹੋਏ ਉਹ ਸਿਨੇਮੇ ਤੋਂ ਹੁਣ ਤੱਕ ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਤੇ ਹੁਣ ਵੀ ਸਿਨੇਮੇ ਹੁਣ ਵੀ ਡਿਮਾਂਡ ਹੈ ਸਰ ਬਾਕੀ ਸਭ ਸਭ ਦਾ ਪਿਆਰ ਹੈ ਜੀ ਸਭ ਦਾ ਬਹੁਤ ਵੱਡੀ ਗੱਲ ਪਾਕੇ ਨਹੀਂ ਨਹੀਂ ਬਿਲਕੁਲ ਕੁਝ ਤਾਂ ਹੈ ਹਸਤੀ ਮਿੱਟੀ ਨਹੀਂ ہماری ਦੁਸ਼ਮਨ ਦੌਰੇ ਜਮਾ ਰਹਾ ਹਮਾਰਾ ਉਹ ਕੁਝ ਹੈ ਮੇਰੇ ਪਿਆਰ ਕਰਨ ਵਾਲਿਆਂ ਦੀ ਮੁਹੱਬਤ ਹੈ ਬਾਪਾ ਹੈ ਬਾਪਾ ਉਹਦੇ ਕਾਲਪੁਰਖ ਵਾਹਿਗੁਰੂ ਦਾ ਸ਼ੁਕਰ ਹੈ ਉਹਦੀ ਮਿਹਰ ਸਦਕਾ ਮੇਰੇ ਪਿਆਰਿਆਂ ਦਾ ਪਿਆਰ ਹੈ ਜਿਹੜਾ ਮੈਨੂੰ ਅੱਜ ਤੱਕ ਕਾਇਮ ਰੱਖੀ ਬੈਠੇ ਵਾਹਿਗੁਰੂ ਵਾਹਿਗੁਰੂ ਮੈਨੂੰ ਭਾਜੀ ਫੰਕਲ ਬਾਜੀ ਆਪਾਂ ਮਤਲਬ ਇਹ ਗੱਲ ਨੂੰ ਦੁਹਰਾ ਮਤਲਬ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਗੁੱਗੂ ਭਾਈ ਯੋਗਰਾਜ ਭਾਜੀ ਉਹਨਾਂ ਦੀਆਂ ਫਿਲਮਾਂ ਦੇਖਦੇ ਹੁੰਦੇ ਸੀ ਅੱਜ ਮੈਂ ਕਿਹਾ ਵੀਰੇ ਸੋਚਿਆ ਨਹੀਂ ਸੀ ਸੋਚਿਆ ਨਹੀਂ ਸੀ ਕਿਤੇ ਐਵੇਂ ਵੀ ਬੈਠਾਂਗੇ ਹਨਾ ਉਹ ਹੁੰਦਾ ਨਹੀਂ ਕਿ ਸਾਨੂੰ ਪੜਨ ਵਾਲਾ ਬੱਚੇ ਦਾ ख्वाब ਨਹੀਂ ਹੁੰਦਾ ਚੰਨ ਪੜਨ ਵਾਲਾ ਜਾਂ ਕੋਈ ਸਿੰਗ ਚਲ ਚਲੇ ਜਾਇਦਾ ਚਲ ਚਲੇ ਉਹ ਖواب ਨੇ ਪ੍ਰਮਾਤਮਾ ਨੇ ਇਹ ਦਿਨ ਦਿਖਾਇਆ ਜੀ ਜੇ ਤਾਂ ਫ੍ਰੈਂਕਲੀ ਇਸਾ ਤੁਸੀਂ ਆਪ ਕਹਿ ਰਹੇ ਆਪਦੇ ਔਕਾਤ ਤੋਂ ਵੱਡੀ ਗੱਲ ਕਰਦਿੰਨੇ ਉਦਾਂ ਦੀ ਗੱਲ ਨਹੀਂ ਪਰ ਮੈਂ ਬਾਜੀ ਹੁਣਾਂ ਨਾਲ ਬੈਠਾ ਬਾਈ ਗ੍ਰੇਸ ਆਫ ਗੋਡ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੁਸੀਂ ਸਾਰੀ ਆਡੀਅנס ਦਾ ਪਿਆਰ ਹੈ ਵੀ ਉਸ ਮੁਕਾਮ ਤੋਂ ਲੈ ਕੇ ਇੱਥੇ ਤੱਕ ਬਿਠਾਉਣਾ ਬਹੁਤ ਵੱਡੀ ਗੱਲ ਹੈ ਸੋਚਿਆ ਨਹੀਂ ਸੀ ਕਦੇ ਵਾਕੇ ਜੋ ਹੈ ਆਪਾਂ ਸਾਰੇ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਦੇ ਕਿ ਪੰਜਾਬੀ ਇੰਡਸਟਰੀ ਦੇ ਦਿੱਗਜ ਹੈਗੇ ਨੇ ਜੀ ਉਹਨਾਂ ਨਾਲ ਆਪਾਂ ਬੈਠੇ ਗੱਲਾਂ ਬਾਤਾਂ ਇੱਥੇ ਕਰ ਰਹੇ ਆ ਤੇ ਦੋਸਤੋ ਤੁਸੀਂ ਇਹ ਜਿਹੜੀ ਤਿਕੜੀ ਇੱਥੇ ਹੈਗੀ ਤ ਖਣਾ ਜੀ ਹੋਰ ਰੰਗ ਜਮਾਉਂਦੇ ਹੋਏ 9 ਅਕਤੂਬਰ ਇੱਕ ਵਾਰ ਆਪ ਵੀ ਸਾਰੇ ਲੋਕ ਕਹਿੰਦੇ ਬਿਲਕੁਲ ਬਿਲਕੁਲ 9 ਅਕਤੂਬਰ ਜੀ 9 ਅਕਤੂਬਰ ਯਾਦ ਰੱਖਿਆ ਬਿਲਕੁਲ 9 ਅਕਤੂਬਰ ਦਿਲਦਾਰੀਆਂ ਜੀ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਹੈ ਜੀ ਸਾਰੀ ਆਡੀਅנס ਸਾਹਮਣੇ ਕਿਉਂਕਿ ਤੁਸੀਂ ਸਾਡੇ ਰੱਬ ਉਹ ਜੀ ਸਾਡੇ ਪਰਮਾਤਮਾ ਉਹ ਤੁਹਾਡੇ ਜੇ ਤੁਸੀਂ ਕਹਿੰਦੇ ਹੋ ਤੁਸੀਂ ਪੰਜਾਬੀ ਜ਼ੁਬਾਨ ਨੂੰ ਜਾਂ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਹੋ ਤਾਂ ਘੱਟੋ ਘੱਟ ਜਿਹੜੀ ਵੀ ਸਾਡੀ ਪੰਜਾਬੀ ਫਿਲਮ ਆਉਂਦੀ ਹੈ ਉਹਨੂੰ ਪਲੀਜ਼ ਡਾਊਨਲੋਡ ਕਰਕੇ ਨਾ ਦੇਖਿਆ ਕਰੋ ਤੁਹਾਡਾ ਜਿਹੜਾ ਇੱਕ ਇੱਕ ਰੁਪਿਆ ਜਾਂ ਇੱਕ ਇੱਕ ਪਲ ਖਰਚ ਕੇ ਤੁਸੀਂ ਜਾਣਦੇ ਹੋ ਨਾ ਉਹ ਪੰਜਾਬੀ ਸਿਨੇਮੇ ਨੂੰ ਜੋ ਤੁਸੀਂ ਉੱਚਾ ਦੇਖਣਾ ਚਾਹੁੰਦੇ ਹੋ ਤੁਸੀਂ ਗਲਤੀਆਂ ਕਰੇ ਬੈਠ ਕੇ ਹਮੇਸ਼ਾ ਉਹ ਕੱਢਦੇ ਹੋ ਤੁਹਾਡਾ ਹੱਕ ਬਣਦਾ ਪਰ ਸਿਨੇਮੇ ਚ ਜਾ ਕੇ ਕੱਢੋ ਜੀ ਉਹ ਹੈ ਨਾ ਸਾਰੀ ਜਵਾਨ ਨੂੰ ਸਾਡੀ ਪੰਜਾਬੀ ਜਵਾਨ ਨੂੰ ਪੰਜਾਬੀ ਹੱਤ ਨੂੰ ਸਪੋਰਟ ਹੈ ਤੁਹਾਡੀ ਸਿਨੇਮੇ ਜਾ ਕੇ ਫਿਲਮ ਦੇਖਿਆ ਕਰੋ ਪਲੀਜ਼ ਘਰੇ ਬੈ ਕੇ ਫਿਲਮ ਨਾ ਦੇਖਿਆ ਕਰੋ ਇਹ ਹੀ ਬੇਨਤੀ ਹੈ ਮੈਂ ਸਮਝਦਾ ਜਿਹੜੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਉਹਨੂੰ ਤੁਸੀਂ ਕਬੂਲ ਕਰੋਗੇ ਜੀ ਧੰਨਵਾਦ ਬਿਲਕੁਲ ਸਹੀ ਹੈ ਫੰਕੀਤ ਬਾਜੀ ਤੁਸੀਂ ਆਪਣੀ ਆਡੀਅנס ਨੂੰ ਕੀ ਕਹਿਣਾ ਚਾਹੋਗੇ ਆਡੀਅנס ਹੁਣ ਵਾਪਸ ਆ ਰਹੀ ਹੈ ਜੀ ਔਰ ਮੈਂ ਉਹਦੇ ਵਾਸਤੇ ਪਹਿਲੇ ਤਾਂ ਥੈਂਕਸ ਕਹਿਣਾ ਚਾਹਾਂਗਾ ਦੂਸਰੀ ਗੱਲ ਇਹ ਹੈ ਕਿ ਜਿਹੜੀ ਵੀ ਚੰਗੀ ਫਿਲਮ ਹੈ ਜਿੱਦਾਂ ਵੀ ਨੂੰ ਭਾਜੀ ਨੇ ਹੁਣੇ ਕਿਹਾ ਹੈ ਕਿ ਜਿੰਨਾ ਜ਼ਿਆਦਾ ਆਪਾਂ ਥੀਏਟਰਸ 'ਚ ਜਾ ਕੇ ਫਿਲਮਾਂ ਦੇਖ ਸਕਦੇ ਹਾਂ ਉਹਨਾਂ ਆਪਾਂ ਆਪਣੇ ਸਿਨੇਮਾ ਨੂੰ ਸਪੋਰਟ ਕਰ ਸਕਦੇ ਹਾਂ ਬਿਲਕੁਲ ਸੋ ਜੋ ਚੰਗੀ ਗੱਲ ਹੈ ਉਹ ਚੰਗਾ ਜੋ ਮਾੜਾ ਹੈ ਉਹ ਵੀ ਸਿਰ ਮੱਥੇ ਵਾਕਿ ਜੀ ਪਾਕਿਸਤਾਨ ਦੇਖੋ ਜ਼ਰੂਰ ਸਿਨੇਮਾ ਦੇ ਵਿੱਚ ਆ ਕੇ ਵਾਕੀ ਜੀ ਮੇਰੇ ਵੱਲੋਂ ਤੇ ਪੀਡੀਸੀ ਪੰਜਾਬੀ ਦੀ ਸਾਰੀ ਟੀਮ ਦੇ ਵੱਲੋਂ ਤੁਹਾਨੂੰ 올 ਦਾ ਵੈਰੀ ਬੈਸਟ ਪੰਜਾਬੀ ਸਿਨੇਮਾ ਚੜ੍ਹਦੀ ਕਲਾ ਵਿੱਚ ਰਹੇ ਟੱਡੀ ਵਰਗੇ ਪੰਜਾਬੀ ਚੜ੍ਹਦੀ ਕਲਾ ਵਿੱਚ ਰਹਿਣ ਤੇ ਪੰਜਾਬੀਅਤ ਨੂੰ ਤੁਹਾਡੇ ਤੇ ਮਾਨ ਰਹਿ ਜੀ ਸਭ ਤੋਂ ਵੱਡੀ ਗੱਲ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਰਿਆਂ ਨੂੰ ਜੀ ਥੈਂਕ ਯੂ ਸੋ ਮੱਚ ਮੈਨੂੰ ਬਹੁਤ ਪਿਆਰ ਦਿੱਤਾ ਜੀ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਮੁਹੱਬਤਾਂ ਦਿੰਦੇ ਰਿਹਾ ਜੀ ਤੇ ਤਾਂ ਜੋ ਤੁਹਾਡਾ ਵੀਰ ਤੁਹਾਡਾ ਬੱਚਾ ਇਸੇ ਤਰ੍ਹਾਂ ਫਿਲਮਾਂ ਦੇ ਵਿੱਚ ਕੰਮ ਕਰਦਾ ਰਹੇ ਔਰ ਤੁਹਾਡੀ ਐਂਟਰਟੇਨਮੈਂਟ ਵੱਡੀ ਸੇਵਾ ਕਰਦਾ ਰਹੇ ਬਹੁਤਾਂ ਤੁਹਾਨੂੰ ਵੀ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਥੈਂਕ ਯੂ ਥੈਂਕ ਯੂ ਥੈਂਕ ਯੂ ਸਿਕਾ